ਜੀ ਅੱਬੂ ਜਾਨ ਕਹਿ ਰਹੇ ਨੇ ਕਿ ਮੈਂ ਗੱਲੇ ਚ ਪੈਸੇ ਜਮਾ ਕਰਕੇ ਫੋਨ ਨਹੀਂ ਲੈ ਸਕਦਾ। ਐਵੇਂ ਹੀ ਅੱਬੂ ਜਾਨ ਬਿਸਮਿਲ੍ਲਾ ਪੜ੍ਹੋ ਨਾ ਤੁਸੀਂ, ਇਹਦੇ ਚ ਪਾਓ ਪਹਿਲੇ ਤੁਸੀਂ ਬਰਕਤ ਪਾਓ। ਵੇਖਿਆ ਜਾਣ ਬਰਕਤਾਂ ਪੈਣੀਆਂ ਅੱਬੂ ਜਾਨ ਦੇ ਪਹਿਲੇ। ਅੱਬੂ ਜਾਨ ਨੇ ਬਰਕਤ ਪਾਤੀ ਇਨਸ਼ਾਅੱਲਾ ਤਾਲਾ। ਅਸੀਂ ਦੇਖਿਆ ਜੇ ਅੱਬੂ ਜਾਨ ਤੇ ਦੋ ਫੂਕੇ ਮਾਰੋ ਸ਼ੁਭ ਸ਼ੁਭ ਵਾਲੇ। ਚਲੋ ਜੀ, ਇੱਕ ਮਿਰਚਾਂ ਦਾ ਪੌਦਾ ਹੋ ਗਿਆ, ਇਸਤੇਮਾਲ ਕਰਾਂਗੇ ਇਨਸ਼ਾਅੱਲਾ। ਸਮਾਨ ਐਵੇਂ ਹੀ ਫੜਾ ਦੇ ਆਰਾਮ ਨਾਲ, ਬਿਲਕੁਲ ਠੀਕ ਠਾਕ ਹੋਣਗੇ, ਲੇਕਿਨ ਤੀਸਰਾ ਚੌਥਾ ਦਿਨ ਸਾਨੂੰ ਤਾਂ ਕੋਈ ਸਮਝ ਨੀ ਲੱਗ ਰਹੀ ਸਾਡੇ ਨਾਲ ਹੋ ਕੀ ਰਿਹਾ ਹੈਗਾ। ਜਦੋਂ ਬਾਰਿਸ਼ ਆਈ ਸੀ ਨਾ, ਉਸ ਦਿਨ ਮੇਰੇ ਫੋਨ ਵਿੱਚ ਕੁਛ ਪਾਣੀ ਪੈ ਗਿਆ, ਫੋਨ ਜਿਹੜਾ ਹੈਗਾ ਇਹਦਾ ਪੈਨਲ ਖਰਾਬ ਹੋਇਆ ਪਿਆ ਹੈਗਾ, ਜਰੀਆਂ ਜੀ ਇਹਦੇ 'ਤੇ ਆ ਰਹੀਆਂ ਨੇਗੀਆਂ। ਅਤੇ ਅੱਜ ਦਾ ਜਿਹੜਾ ਹੈਗਾ ਸੁਬਹਾ ਲਾ ਦੀ, ਅੰਮੀ ਅਤੇ ਅੱਬੂ ਦੋਨਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ। ਮੈਂ ਜਾਣ ਲੱਗਿਆ ਸੀ ਫੋਨ ਠੀਕ ਕਰਵਾਉਣ, ਮੈਂ ਕਿਹਾ ਫੋਨ ਠੀਕ ਕਰਵਾਉਣ ਜਾਣਾ ਹੈਗਾ, ਲੇਕਿਨ ਸੁਬਹਾ ਲਾ ਦੀ ਅੰਮੀ ਜਾਣ ਦੀ ਜਿਹੜੀ ਨਾ ਤਬੀਅਤ ਖਰਾਬ ਹੈਗੀ। ਅਤੇ ਕੱਲ੍ਹ ਅਸੀਂ ਦੇਖਿਆ ਹੋਣਾ ਜੀ, ਕੱਲ੍ਹ ਮੈਂ ਵਲੌਗ ਪਬਲਿਕ ਕੀਤਾ ਸੀ, ਕੱਲ੍ਹ ਸਾਰਾ ਦਿਨ ਜਿਹੜਾ ਨਾ ਮੈਂ ਟੈਨਸ਼ਨ ਜੇ ਰਿਹਾ। ਹਾਲਾਂਕਿ ਪਰਸੋਂ ਜਦੋਂ ਮੈਂ ਆਪਣਾ ਪਕੌੜਾ ਸਮੋਸਿਆਂ ਦੇ ਨਾਲ ਜਿਹਾ ਕੰਮ ਸ਼ੁਰੂ ਕਰਨ ਲੱਗਿਆ, ਅਸੀਂ ਦੇਖਿਆ ਅਚਾਨਕ ਬਾਰਿਸ਼ ਆ ਗਈ, ਆਂਧੀ ਆ ਗਈ। ਪਰਸੋਂ ਨਹੀਂ ਕਰ ਪਾਇਆ, ਕੱਲ੍ਹ ਲੈਸ ਟੈਨਸ਼ਨ 'ਚ ਨਾ ਫੋਨ ਦੀ 'ਚ ਮੈਂ ਕੋਈ ਨਹੀਂ ਤਲਾਈ ਵਗੈਰਾ ਕੀਤੀ, ਆਲੂ ਪੈ ਪੈ ਖਰਾਬ ਹੋ ਗਿਆ। ਅਤੇ ਇਹ ਅਸੀਂ ਆਪ ਦੇਖ ਸਕਦੇ ਹੋ, ਕਹਿੰਦੇ ਤੇ ਨਾ ਹਰੀਆਂ ਹਰੀਆਂ ਜਰੀਆਂ ਜੀ ਆ ਰਹੀਆਂ ਨੇਗੀਆਂ। ਸਕਰੀਨ ਜਿਹੜੀ ਨਾ ਸਾਰੀ ਕਦੀ ਇਸ ਤਰ੍ਹਾਂ ਬਲੈਕ ਹੋ ਜਾਂਦੀ, ਕਦੀ ਤਾਂ ਹਰੀਆਂ ਜਰੀਆਂ ਆਉਣ ਲੱਗ ਜਾਂਦੀਆਂ ਨੇਗੀਆਂ। ਅਤੇ ਇਹਦੀ ਮੈਨੂੰ ਕੋਈ ਸਮਝ ਨਹੀਂ ਲੱਗ ਰਹੀ ਬਾਈ ਸਾਹਿਬ ਇਹਨਾਂ ਨੂੰ ਹੋਇਆ ਕੀ ਖੜਾ ਹੈਗਾ। ਅਤੇ ਆਹ ਦੇਖੋ, ਉੱਤੋਂ ਨਾ ਐਵੇਂ ਫਲਿੱਪ ਜਿਹਾ ਮਾਰ ਦੇਵੇ ਘਰ ਆ ਰਹਾ, ਅਤੇ ਪਤਾ ਨਹੀਂ ਪੈਨਲ ਖਰਾਬ ਹੋ ਗਿਆ ਜੋ ਵੀ ਇਸ਼ੂ ਹੈਗਾ, ਜਾ ਕੇ ਨਾ ਸਾਈ ਵਾਲਿਆਂ ਨੂੰ ਚੈੱਕ ਕਰਾ ਜਾਂਦਾ ਹੈਗਾ। ਅਤੇ ਅੰਮੀ ਜਾਨ ਜੀ ਜਦੋਂ ਇਹਨਾਂ ਨੂੰ ਬੁਲਾਇਆ ਉਦੋਂ ਚੋਣ ਇਹਨਾਂ ਮਾਸ਼ਾਅੱਲਾ ਤਬੀਅਤ ਬਿਹਤਰ ਸੀਗੀ, ਅਤੇ ਹੁਣ ਜੇ ਇਹਨਾਂ ਨੇ ਤਬੀਅਤ ਕਰ, ਮੈਂ ਤਾਂ ਕਹਿੰਦਾ ਅੰਮੀ ਜਾਨ ਕੁਛ ਟਾਈਮ ਤੁਸੀਂ ਰੈਸਟ ਕਰੋ, ਦੁਪਹਿਰ ਦਾ ਟਾਈਮ ਹੈ, ਠੰਡੇ ਟਾਈਮ ਜਾ ਕੇ ਨੂੰ ਮੈਨੂੰ ਸਮਝ ਨਹੀਂ ਲੱਗ ਰਹੀ ਸਾਡੇ ਨਾਲ ਹੁੰਦਾ ਕਿ ਬੇ। ਅੱਬੂ ਜਾਨ ਦੀ ਇਹੀ ਕੰਡੀਸ਼ਨ ਹੈ, ਅੰਮੀ ਜਾਨ ਦੀ ਤਰ੍ਹਾਂ ਕਹਿ ਰਹੇ, ਮੈਨੂੰ ਘਬਰਾਹਟ ਜੀ ਹੋ ਰਹੀ ਹੈ। ਅੰਮੀ ਜਾਨ ਜੀ ਹਾਲਾਂਕਿ ਇਹਨਾਂ ਨੇ ਦਵਾਈ ਵੀ ਅੱਜ ਸੁਬਹਾ ਲਈ ਸੀ, ਇਹਨਾਂ ਦੀ ਐਵੇਂ ਤਬੀਅਤ ਖਰਾਬ ਹੋਈ ਹੁੰਦੀ ਹੈ ਯਾਰ। ਕੁਛ ਜਿਹੜੇ ਨਾ ਵੀਵਰ ਸਮਝਣਗੇ ਕਿ ਇਹ ਐਵੇਂ ਕਰ ਰਿਹਾ ਸਨ ਫਲਾਨ ਹੈ ਜੋ ਉਸ ਤਰ੍ਹਾਂ, ਲੇਕਿਨ ਅੱਲਾਹ ਪਾਕ ਦੀ ਕਸਮ ਸਾਨੂੰ ਫੈਮਿਲੀ ਸਾਡੀ ਨੂੰ ਹੋ ਕੇ ਗਿਆ, ਸਾਨੂੰ ਸਮਝ ਨਹੀਂ ਲੱਗਦੀ ਪਈ ਨੁਕਸਾਨ ਤੋਂ ਨੁਕਸਾਨ। ਕੱਲ੍ਹ ਇੱਥੇ ਮੇਰਾ ਮੋਟਰਸਾਈਕਲ ਖੜ੍ਹਾ ਸੀ, ਉਹ ਗਿਰ ਗਿਆ, ਉਹਦੀ ਕੀ ਹਾਲਤ ਹੋਈ ਪਈ ਉਹ ਤੁਹਾਨੂੰ ਮੈਂ ਦਿਖਾਉਣਾ ਆ ਗਿਆ। ਇੱਥੇ ਖੜ੍ਹਾ ਸੀਗਾ ਅਤੇ ਅਚਾਨਕ ਇੱਕ ਸਾਈਡ ਤੋਂ ਨਾ ਗਿਰਿਆ, ਅਤੇ ਉਹਦਾ ਕਲਚ ਵਾਲੀ ਸਾਈਡ ਜਿਹੜੀ ਉਹ ਵੀ ਟੁੱਟ ਗਈ, ਮੈਂ ਦਿਖਾਉਣਾ ਤੁਹਾਨੂੰ ਇੱਕ ਮਿੰਟ। ਕਹਿ ਰਿਹਾ ਜੀ ਆਪਣਾ ਮੋਟਰਸਾਈਕਲ ਕੱਲ੍ਹ ਨਾ ਇੱਥੇ ਖੜ੍ਹਾ ਖੜ੍ਹਾ ਇੱਕ ਸਾਈਡ 'ਤੇ ਗਿਰਿਆ, ਆਉਂਦੀ ਆ ਨਾ ਕਲਚ ਵਾਲਾ ਜਿਹੜਾ ਹੈਗਾ ਟੁੱਟ ਗਿਆ ਲੀਵਰ, ਅਤੇ ਇੱਕ ਸਾਈਡ ਤੋਂ ਨਾ ਵਿੰਗਾ ਜਿਹਾ ਹੋ ਗਿਆ ਸਾਰਾ ਮੋਟਰਸਾਈਕਲ ਹੀ, ਇੱਕ ਸਾਈਡ ਤੋਂ ਜਿਵੇਂ ਉਹ ਕਹਿੰਦੇ ਨੇ ਨਾ ਹੈਂਡਲ ਇੱਕ ਸਾਈਡ 'ਤੇ ਨਿਕਲ ਆਇਆ ਹੈਗਾ। ਇੰਝ ਸਾਈਡ 'ਤੇ ਗਿਰਨ ਦੀ ਵਜ੍ਹਾ ਤੋਂ ਨਾ ਐਂਦਾ ਵਿੱਚੋਂ ਕਲਚ ਲੀਵਰ ਹੀ ਟੁੱਟ ਗਿਆ, ਅਤੇ ਇੱਕ ਸਾਈਡ ਤੋਂ ਆਹ ਵੀ ਟੁੱਟ ਗਿਆ ਸੀਗਾ। ਐਵੇਂ ਹੀ ਖੜ੍ਹਾ ਖੜ੍ਹਾ ਨਾ ਇੱਥੇ ਖੜ੍ਹਾ ਹੋਇਆ, ਹਾਲਾਂਕਿ ਇੱਥੇ ਨਾ ਉੱਚੀ ਜਗ੍ਹਾ ਨਾ ਨੀਵੀਂ ਜਗ੍ਹਾ ਹੈਗੀ, ਮੋਟਰਸਾਈਕਲ ਕਰਕੇ ਨੁਕਸਾਨ ਤੋਂ ਨੁਕਸਾਨ ਚੀਜ਼ਾਂ ਦੇ ਜਿਹੜਾ ਨਾ ਇਸੇ ਤਰ੍ਹਾਂ ਖਰਾਬ ਹੋ ਰਹੀਆਂ ਨੇ ਕਰਦੀਆਂ ਯਾਰ, ਕੀ ਵਜ੍ਹਾ ਕੀ ਹੈ ਮੈਨੂੰ ਸਮਝ ਨਹੀਂ ਲੱਗ ਰਹੀ। ਅੰਮੀ ਜਾਨ ਤੋਂ ਮੈਂ ਕਿਹਾ ਆਪਾਂ ਨਾ ਕੋਈ ਲੰਗਰ ਪਾਣੀ ਵਗੈਰਾ ਕੋਈ ਬੱਚਿਆਂ ਨੂੰ ਤਕਸੀਮ ਕਰੀਏ ਕਿ ਆਪਾਂ ਨੂੰ ਨਾ ਕਿਸੇ ਨਜ਼ਰ ਲੱਗ ਗਈ ਹੈਗੀ। ਮੈਨੂੰ ਇਹ ਲੱਗ ਰਿਹਾ ਹੈਗਾ ਕਿ ਸਾਡੇ ਜਿੱਥੇ ਨੁਕਸਾਨ ਹੋ ਰਹੇ ਨੇ, ਯਕੀਨਨ ਮੈਂ ਤਾਂ ਕੁਛ ਬੰਦੇ ਨੇ ਗੇ ਥੱਲੇ ਕਮੈਂਟ ਆ, ਆਸਨ ਉਹ ਲੈ ਲਿਆ, ਆਸਨ ਉਹ ਲੈ ਲਿਆ, ਆਸਨ ਉਹ ਲੈ ਲਿਆ, ਅੱਲਾਹ ਪਾਕ ਤਰੱਕੀ ਦੇ ਰਿਹਾ, ਤੁਸੀਂ ਮਾਸ਼ਾਅੱਲਾ ਬੋਲਿਆ ਕਰੋ, ਇਸ ਤਰ੍ਹਾਂ ਗੱਲਾਂ ਨਾ ਕੀਤੀਆਂ ਕਰੋ ਕਿ ਕਿਸੇ ਦਾ ਜਿਹੜਾ ਨਾ ਅੱਟ ਕੇ, ਉਹ ਹੀ ਚੀਜ਼ਾਂ ਜਿਹੜੀਆਂ ਨਾ ਫਿਰ ਨਜ਼ਰ ਲੱਗ ਜਾਂਦੀ ਚੀਜ਼ਾਂ ਨੂੰ।
ਤੇ ਅੱਲਾ ਦਾ ਸ਼ੁਕਰ ਹੈ, ਅੱਲਾ ਪਾਕ ਸਾਨੂੰ ਤਾਂ ਕਰ ਰਿਹਾ। ਤੁਸੀਂ ਵੀ ਆਓ ਯੂਟਿਊਬ ਤੇ, ਕੱਲ ਇਤਨੇ ਜ਼ਿਆਦਾ ਕਮੈਂਟ ਥੱਲੇ ਵੀਡੀਓ ਦੇ ਕੀਤੇ ਹੋ ਸੀ ਬੰਦਿਆਂ ਨੇ, ਮੈਂ ਤੁਹਾਨੂੰ ਕੀ ਕਮੈਂਟ ਦੱਸਾਂ ਕਿ ਯਾਰ ਇਤਨਾ ਜੈਲਸ ਕਿਸੇ ਤੋਂ ਹੋਣ ਤੋਂ ਬਿਹਤਰ ਹੈ, ਅਗਰ ਤੁਹਾਡਾ ਦਿਲ ਕਰ ਤੁਸੀਂ ਆਪ ਯੂਟਿਊਬ ਤੇ ਆਓ, ਮਿਹਨਤ ਕਰੋ, ਮਿਹਨਤ ਕਰਨ ਨਾਲ ਹੀ ਫਲ ਮਿਲਦਾ ਹੈਗਾ ਮਿਹਨਤ ਦਾ, ਕਿਸੇ ਤਰੱਕੀ ਦੇਖ ਕੇ ਚੱਲਣਾ ਨਹੀਂ ਚਾਹੀਦਾ ਹੈਗਾ, ਤੇ ਕਿਸੇ ਵੀ ਇਹੋ ਜਿਹੇ ਗੰਦੇ ਖਿਆਲਾਤ ਹੀ ਜ਼ਿਹਨ ਚ ਨਹੀਂ ਰੱਖਣੇ ਚਾਹੀਦੇ ਨੇਗੇ ਕਿ ਇਹ ਤਾਂ ਇੰਜ ਹੈਗਾ ਉਹ ਹੈ। ਆਖਿਰਕਾਰ ਜਦੋਂ ਵਸ ਨਹੀਂ ਨਾ ਚੱਲਦਾ ਕਿ ਬਰਾਬਰੀ ਨਹੀਂ ਕਰ ਸਕਦੇ, ਉਦੋਂ ਫਿਰ ਇਹੀ ਕਹਿੰਦੇ ਨੇ ਤਾਂ ਮੰਗ ਰਹੇ ਨੇਗੇ ਲੋਕਾਂ ਕੋਲ, ਇਹੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਨੇਗੇ। ਬਾਕੀ ਹੁਣ ਇਹਦਾ ਨਾ ਜਾਂਦੇ ਹੋਏ ਉੱਥੋਂ ਕਲੱਚ ਦਾ ਲੀਵਰ ਹੀ ਪਵਾਉਣਾ ਹੈਗਾ ਤੇ ਨਿਕਲਣੇ ਅੰਬੀ ਜਾਨ ਜਿਹੜੀ ਨੇ, ਉਹਨੇ ਤਬੀਅਤ ਖਰਾਬ ਵੀ ਹੈਗੀ, ਲੇਕਿਨ ਇਹ ਵੀ ਮਜਬੂਰੀ ਫੋਨ ਜਿਹੜਾ ਹਰ ਹਾਲਤ ਠੀਕ ਕਰਵਾਉਣਾ ਹੈਗਾ ਕਿ ਵਿਲਾਗ ਵਗੈਰਾ ਤੁਹਾਡੇ ਤੱਕ ਪਹੁੰਚ ਸਕਣ। ਮੈਂ ਤਾਂ ਨਾ ਰੀਅਲੀ ਮੈਂ ਜਦੋਂ ਆਹ ਫੋਨ ਠੀਕ ਕਰਵਾ ਲਿਆ ਸੀਗਾ ਤੇ ਮੈਂ ਇਹ ਸੋਚਿਆ ਸੀਗਾ ਕਿ ਉਹਨਾਂ ਮੈਂ ਇੱਕ ਨਾਲ ਨਵਾਂ ਚੈਨਲ ਕ੍ਰੀਏਟ ਕਰਨਾ ਆ ਗਿਆ, ਉਹਦੇ 'ਤੇ ਕੰਮ ਕਰਦੇ ਰਹਾਂਗੇ। ਅੰਮੀ ਜਾਨ ਨੇ ਨੂੰ ਬਣਾ ਕੇ ਮੈਂ ਦਿੱਤਾ, ਅੰਮੀ ਜਾਨ ਉਹਦੇ ਡੇਲੀ ਵੀਡੀਓ ਅਪਲੋਡ ਕਰਦੀਆਂ ਸੀ, ਅੱਬੂ ਜਾਨ ਵਾਲੇ ਫੋਨ 'ਚ ਉਹਨਾਂ ਨੇ ਬਣਾਇਆ ਸੀ, ਕਿਉਂਕਿ ਅੱਬੂ ਜਾਨ ਕਦੀ ਸੈਕਿੰਡ ਟਾਈਮ ਕਦੀ ਫਸਟ ਟਾਈਮ ਇੱਕ ਹੀ ਉਹਨਾਂ ਡੇਲੀ ਵਲਾਗ ਬਣਾਉਣਾ ਹੁੰਦਾ ਸੀ। ਮੈਂ ਕਿਹਾ ਇੱਕ ਫੋਨ 'ਤੇ ਦੋ ਵਲਾਗ ਇਹ ਬਣਾਈ ਰੱਖਣਗੇ ਅਤੇ ਮੈਂ ਜਿਹੜਾ ਆਪਣੇ ਆਈਫੋਨ 'ਚ ਬਣਾਈ ਰੱਖਾਂਗਾ ਡੇਲੀ ਵਲਾਗ। ਲੇਕਿਨ ਹੁਣ ਜਦੋਂ ਦਾ ਮੇਰਾ ਆਹ ਵਾਲਾ ਫੋਨ ਖਰਾਬ ਹੋਇਆ, ਅੱਜ ਅੰਮੀ ਜਾਨ ਨੇ ਵਲਾਗ ਨਹੀਂ ਬਣਾਇਆ, ਅੱਬੂ ਜਾਨ ਵਾਲੇ ਫੋਨ 'ਤੇ ਮੈਂ ਹੀ ਵਲਾਗ ਬਣਾ ਰਿਹਾ, ਉਹਨਾਂ ਦੀ ਤਬੀਅਤ ਖਰਾਬ ਹੈਗੀ, ਉਹ ਵੀ ਕੀ ਪਤਾ ਅੱਜ ਵਲਾਗ ਨਾ ਬਣਾ ਪਾਉਣ। ਲੇਕਿਨ ਨਜ਼ਰ ਇੱਕ ਜਿਵੇਂ ਉਹ ਕਹਿੰਦੇ ਨੇ ਨਾ, ਅੱਲਾ ਦਾ ਸ਼ੁਕਰ ਸਾਡਾ ਤੋਂ ਚੈਨਲ ਹੀ ਬੜਾ ਗਰੋ ਕਰ ਰਿਹਾ ਹੈਗਾ, ਜਿਹੜਾ ਅੰਮੀ ਜਾਨ ਨੇ ਵੀ ਡੇਲੀ ਅੰਮੀ ਜਾਨ ਜਿਹੜੇ ਨਾ ਘਰ ਦੇ ਕੰਮ ਵਗੈਰਾ ਜੇ ਕਰਦੀਆਂ, ਘਰ ਦੀ ਰੂਟੀਨ ਦਿਖਾਉਂਦੀਆਂ ਨੇ ਉਹਦੇ 'ਤੇ, ਸਮੈਰਾ ਫੈਮਿਲੀ ਉਸ ਚੈਨਲ ਦਾ ਨਾਮ ਹੈ, ਜਾ ਕੇ ਅਸੀਂ ਲਾਜ਼ਮੀ ਸਬਸਕ੍ਰਾਈਬ ਕਰ ਲੈਣਾ ਹੈਗਾ। ਅਤੇ ਮਾਸ਼ਾਅੱਲਾ ਉਹਦੇ ਸਬਸਕ੍ਰਾਈਬ ਵੀ ਤਕਰੀਬਨ ਇੱਕ ਹਫ਼ਤੇ ਦੇ ਅੰਦਰ ਅੰਦਰ 400-500 ਹੋ ਗਏ ਨੇਗੇ, ਅਤੇ ਮੇਰਾ ਦਿਲ ਸੀਗਾ ਕਿ ਚਲੋ ਨਾਲ ਉਹ ਕਾਮਯਾਬ ਹੋ ਗਏ, ਸਾਡਾ ਜਿਹਾ ਇੰਨਾ ਘਰ ਦਾ ਨਿਜ਼ਾਮ ਸਿੱਧਾ ਸਿੱਧਾ ਚੱਲਣ ਲੱਗ ਜਾਵੇਗਾ। ਲੇਕਿਨ ਯਾਰ ਨਜ਼ਰ ਹੀ ਲੱਗ ਗਈ, ਨਜ਼ਰ ਅਸਲ 'ਤੇ ਲੱਗੀ ਤੁਹਾਨੂੰ ਉਸੇ ਗੱਲ ਤੋਂ ਹੀ ਹੈਗੀ ਕਿ ਅਸੀਂ ਆਹਿਸਤਾ ਆਹਿਸਤਾ ਹੁਣ ਕਾਮਯਾਬੀ ਤਰਫ ਜਾ ਰਹੇ ਹਾਂ ਅਤੇ ਲੋਕਾਂ ਦੇ ਮੂੰਹ 'ਚ ਆ ਗਏ ਆਂਗੇ। ਚਲੋ ਛੱਡੋ, ਬਾਕੀ ਹੁਣ ਅੰਮੀ ਜਾਨ ਨੂੰ ਬੁਲਾਉਣਾ, ਬਲਕਿ ਉਹਨਾਂ ਨੂੰ ਕਹਿੰਦੇ ਅਗਰ ਪਾਣੀ ਵਗੈਰਾ ਪੀ ਕੇ ਨਾ ਕੁਛ ਟਾਈਮ ਰੈਸਟ ਕਰਨਾ ਫਿਰ ਚੱਲਦੇ ਆਂਗੇ। ਬਸ ਧੁੱਪ ਹੀ ਬਹੁਤ ਜ਼ਿਆਦਾ, ਗਰਮੀ ਦੇ ਵਿੱਚ ਗਏ ਤਾਂ ਹੋਰ ਜ਼ਿਆਦਾ ਨਾ ਤਬੀਅਤ ਵਿਗੜੇਗੀ। ਅੰਮੀ ਜਾਨ ਮੈਂ ਤਾਂ ਕਹਿੰਦਾ ਅਸੀਂ ਰੈਸਟ ਕਰੋ ਕੁਛ ਟਾਈਮ ਅਤੇ ਫਿਰ ਚੱਲਦੇ ਹਾਂ ਆਪਾਂ, ਰੈਸਟ ਕਰੋ ਨਾ। ਅੰਮੀ ਜਾਨ ਦੀ ਵੀ ਤਬੀਅਤ ਜਿਹੜੀ ਨਾ ਫਿਰ ਕਾਫੀ ਖਰਾਬ ਹੋਊਗੀ ਇਹਦੀ, ਉਹਨਾਂ ਉਹਦੇ ਘਰ ਜਿਹਾ ਨਾ ਪੱਖੇ ਦੇ ਅੱਗੇ ਸੁਲਾਇਆ, ਮੈਂ ਕਿਹਾ ਤੁਸੀਂ ਰੈਸਟ ਕਰੋ ਫਿਰ ਚੱਲਦੇ ਆਂਗੇ। ਇਹੀ ਬਸ ਟੈਨਸ਼ਨ ਬਣੀ ਖੜੀ, ਕੱਲ੍ਹ ਵੀ ਮੈਂ ਜਾਣਾ ਸੀ ਫੋਨ ਠੀਕ ਕਰਵਾਉਣ, ਲੇਕਿਨ ਅੰਮੀ ਦੀ ਤਬੀਅਤ ਨਹੀਂ ਠੀਕ ਸੀ, ਇਸ ਵਜ੍ਹਾ ਤੋਂ ਨਹੀਂ ਗਿਆ, ਅੱਜ ਉਹੀ ਗੱਲ ਹੋ ਗਈ ਹੈਗੀ। ਬਸ ਨਾ ਉਹ ਜਿਵੇਂ ਕਹਿੰਦੇ ਨੇ ਹਰ ਪਾਸੇ ਰਸਤਾ ਬੰਦ ਹੋ ਜਾਂਦਾ ਹੈਗਾ, ਕੋਈ ਵੀ ਟੈਨਸ਼ਨ ਦਾ ਜਿਹੜਾ ਨਾ ਹੱਲ ਕਰਨ ਲੱਗਣੇ ਆ, ਉਹ ਹਰ ਪਾਸੋਂ ਰਸਤਾ ਬੰਦ ਹੀ ਹੁੰਦਾ ਹੈਗਾ। ਚਲੋ ਕੋਈ ਨੀ, ਅੱਲਾ ਪਾਕ ਕਰਮ ਕਰੇਗਾ, ਤੁਸੀਂ ਵੀ ਸਾਡੇ ਲਈ ਦੁਆ ਕਰੋ ਕਿ ਸਾਡੀ ਫੈਮਿਲੀ ਜਿਹੜੀ ਕੋਈ ਮੁਸੀਬਤਾਂ ਨੇ ਅੱਲਾ ਪਾਕ ਕੇ ਟਾਲੇ, ਪਰੇਸ਼ਾਨੀਆਂ ਖਤਮ ਹੋਣ। ਜਿਵੇਂ ਹੀ ਅਸੀਂ ਕੋਈ ਸੋਚਦੇ ਹਾਂ ਕਿ ਕਿਸ ਪਾਸੋਂ ਸਾਨੂੰ ਕੋਈ ਕਾਮਯਾਬੀ ਮਿਲੇਗੀ, ਉਸ ਕੰਮ 'ਤੇ ਲੱਗੀਏ ਤਾਂ ਅੱਗੋਂ ਜਿਹੜਾ ਨਾ ਉਹ ਜਿਵੇਂ ਕਹਿੰਦੇ ਨੇ ਕਿ ਨਾਕਾ ਲੱਗਿਆ ਹੁੰਦਾ ਹੈਗਾ, ਉਹ ਵੀ ਰਸਤਾ ਬੰਦ ਹੋ ਜਾਂਦਾ ਹੈਗਾ, ਟੈਨਸ਼ਨ ਬਣ ਜਾਂਦੀ ਕੋਈ ਨਾ ਕੋਈ। ਅੱਲਾ ਪਾਕ ਕਰਮ ਕਰੇਗਾ, ਤੁਸੀਂ ਦੁਆ ਕਰਦੇ ਰਿਹਾ ਜੇ ਕਿ ਅੱਲਾ ਪਾਕ ਸਾਡੀ ਫੈਮਿਲੀ ਜੇ ਸਾਰੀ ਜਿਹੜੀਆਂ ਟੈਨਸ਼ਨਾਂ ਮੁਸ਼ਕਲਾਂ ਪਰੇਸ਼ਾਨੀਆਂ ਨੇ ਨਾ ਦੂਰ ਕਰੇ। ਅਤੇ ਬਾਕੀ ਅੰਮੀ ਜਾਨ ਦੀ ਮਾਸ਼ਾਅੱਲਾ ਤਬੀਅਤ ਪਹਿਲੇ ਨੂੰ ਚੋਣ ਬਿਹਤਰ ਹੈਗੀ, ਉਹਦੇ ਇਸੇ ਤਰ੍ਹਾਂ ਨਾ ਕੱਪੜਾ ਸਮਾਇਆ ਅਤੇ ਨਾਲ ਹੈਗਾ, ਇਸ ਤਰ੍ਹਾਂ ਇਹ ਆ ਨਾ ਕਿ ਗਰਮੀ ਨੇ ਇਹਨਾਂ ਨੂੰ ਮਹਿਸੂਸ ਹੋਵੇਗੀ। ਅਤੇ ਚੱਲਦੇ ਹਾਂ ਸ਼ਹਿਰ ਸ਼ਹਿਰੋਂ ਚੱਲ ਕੇ ਫੋਨ ਚੈੱਕ ਕਰਾਉਂਦੇ ਹਾਂ, ਅਗਰ ਠੀਕ ਹੋ ਸਕਦਾ ਹੋਇਆ ਸ਼ਾਮ ਤੱਕ ਉਹ ਠੀਕ ਕਰ ਦੇਣਗੇ, ਅਗਰ ਇਹਦਾ ਪੈਨਲ ਚੇਂਜ ਹੁੰਦਾ ਹੋਇਆ ਤਾਂ ਫਿਰ ਭਾਈ ਸਾਹਿਬ ਛੁੱਟੀ ਹੈ ਫੋਨ ਦੀ, ਫਿਰ ਮੈਂ ਫੋਨ ਜਿਹਾ ਠੀਕ ਨਹੀਂ ਕਰਵਾਉਣਾ, ਫਿਰ ਕੋਈ ਅੱਬੂ ਜਾਨ ਦੀ ਤਰ੍ਹਾਂ ਜਿਵੇਂ ਇਹਨਾਂ ਦਾ ਨਾ ਫੋਨ ਇਸੇ ਤਰ੍ਹਾਂ ਨਵਾਂ ਕੋਈ ਫੋਨ ਲੈਂਦੇ ਹਾਂ ਜੇਕਰ ਯਾਰ ਜੀ ਤੋਂ, ਫਿਰ ਇਨਸ਼ਾਅੱਲਾ ਤਾਲਾ ਥੋੜ੍ਹੇ ਥੋੜ੍ਹੇ ਪੈਸੇ ਜਮ੍ਹਾਂ ਕਰਕੇ ਅੱਛਾ ਜਿਹੜਾ ਨਾ ਫੋਨ ਲਵਾਂਗਾ ਇਨਸ਼ਾਅੱਲਾ। ਚੱਲ ਜਾ ਯਾਰ, ਕਲਾ 'ਚ ਨਹੀਂ ਹੈਗਾ ਧੱਕਾ ਲਾ ਕੇ ਐਵੇਂ ਚਲਾਉਣਾ ਇਹਨੂੰ।
ਡਰਾਇਰ ਆ ਵੀ ਤੂੰ ਕਾਫੀ ਅੱਗੇ ਸੀ, ਆ ਗਏ ਅੱਗੇ, ਹੁਣ ਸਾਹੀਵਾਲ ਸ਼ੁਰੂ ਹੋ ਜਾਣਾ ਸੀ, ਥੋੜਾ ਜਿਹਾ ਸਫ਼ਰ ਰਹਿ ਗਿਆ ਹੈਗਾ। ਮੈਂ ਕਿਹਾ ਹੁਣ ਰਸ਼ ਤੂੰ ਪਹਿਲਾਂ ਹੀ ਨਾ, ਇੱਥੇ ਅਸੀਂ ਦਰਿਆ ਰਾਵੀ ਥੋੜ੍ਹਾ ਜਿਹਾ ਅੱਗੇ ਆ ਗਿਆ ਆਵਾਂਗੇ, ਅਤੇ ਮੈਂ ਕਿਹਾ ਇੱਥੋਂ ਮੈਂ ਕਲਾਚ ਦੀ ਤਾਰ ਪਵਾ ਲਈ, ਕਿਉਂਕਿ ਅੱਗੇ ਸਾਹੀਵਾਲ ਜਦੋਂ ਪਹੁੰਚ ਜਾਣਾ ਨਾ ਉੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੋਣੀ ਸੀ ਅਤੇ ਕੰਟਰੋਲ ਨਹੀਂ ਰਹਿਣਾ ਸੀ। ਇਹ ਨਾ ਤਾਰ ਟੁੱਟ ਗਈ ਹੋਈ ਹੈ ਬਾਈ ਜੀ, ਇਹਨੂੰ ਨਵੀਂ ਪਾਉਣ ਲੱਗੀ। ਚਲੋ ਓਕੇ ਹੋ ਗਿਆ, ਅਤੇ ਇੱਥੋਂ ਹੀ ਮੋਟਰਸਾਈਕਲ ਦਾ ਕਲੱਚ ਠੀਕ ਕਰਵਾ ਲਿਆ ਹੈਗਾ। ਹੁਣ ਨਾ ਮੋਟਰਸਾਈਕਲ ਚਲਾਉਣ ਡਰ ਨਹੀਂ ਲੱਗ ਰਿਹਾ, ਅੱਗੇ ਡਰ ਲੱਗ ਰਿਹਾ ਸੀ, ਉਦੋਂ ਖਤਰਾ ਇਸ ਤਰ੍ਹਾਂ ਬਣਿਆ ਰਹਿੰਦਾ ਹੈਗਾ। ਅਗਰ ਨਾ ਮੋਟਰਸਾਈਕਲ ਦਾ ਕਲੱਚ ਨਾ ਠੀਕ, ਤੁਹਾਨੂੰ ਪਤਾ ਕੰਟਰੋਲ ਹੀ ਮੋਟਰਸਾਈਕਲ ਕਲੱਚ ਤੋਂ ਹੀ ਹੁੰਦਾ ਹੈਗਾ, ਅਤੇ ਹੁਣ ਇਹਦਾ ਨਾ ਸਿਰਫ ਉਹ ਲੀਵਰ ਰਹਿ ਗਿਆ ਹੈਗਾ ਉੱਤੇ ਵਾਲਾ, ਕਿਉਂਕਿ ਇਹਨਾਂ ਕੋਲ ਪਿਆ ਨਹੀਂ ਆ ਗਿਆ, ਅਤੇ ਉਹ ਨਾ ਆਪਣੇ ਸ਼ਹਿਰੋਂ ਇੱਥੋਂ ਚੇਂਜ ਕਰਾ ਲਵਾਂਗੇ। ਹੁਣ ਚਲੀਏ ਸਾਹੀਵਾਲ ਜਲਦੀ ਜਲਦੀ, ਤੋੜ ਤੱਕ ਆ ਚਾਵਲ ਗਡੀਜੇ ਪਏ ਨੇਗੇ, ਜਿੱਥੇ ਅੱਗੇ ਮੱਕੀ ਲੱਗੀ ਹੋਈ ਸੀ, ਤੋੜ ਤੱਕ ਚਾਵਲ ਨੇਗੇ ਸਾਰੇ। ਫਾਈਨਲੀ ਸਾਹੀਵਾਲ ਅਸੀਂ ਆ ਗਏ ਹਾਂ, ਗਿਆ ਮਿਜਾਨ ਇਸ ਕਲੋਨੀ ਦਾ ਪਤਾ ਕਰੀਏ, ਬੜੀ ਸਸਤੀ ਹੈ, 5 ਮਰਲੇ ਜ਼ਮੀਨ ਦਾ 9500 ਰੁਪਇਆ ਸਿਰਫ ਕਿਸ਼ਤ, ਪਹਿਲੇ ਵਾਲੀ ਡਾਊਨ ਪੇਮੈਂਟ ਨਹੀਂ ਆਪਣੇ ਕੀਤੀ ਜਾਣੀ, ਬਾਕੀ ਰੌਲਾ ਕੋਈ ਨਹੀਂ ਬਣਦਾ ਜਦੋਂ ਸ਼ਹਿਰ 'ਚ ਲੈ ਲੈਂਦਾ ਜ਼ਮੀਨ ਵਗੈਰਾ। 5 ਮਰਲਿਆਂ ਦੀ ਡਾਊਨ ਪੇਮੈਂਟ ਉਹਨਾਂ ਨੇ 3.5 ਲੱਖ ਲਿਖਿਆ ਹੋਇਆ, 3.5 ਲੱਖ ਕਿੱਥੋਂ ਲਈਏ, ਪਹਿਲੇ ਬੰਦਾ ਜਿਹੜੇ ਨਾ ਪੈਸੇ ਦੇ ਦੇਵੇ ਨਾ, ਉਸ ਤੋਂ ਬਾਅਦ ਆਸਾਨੀ ਹੈਗੀ, ਕਿਸ਼ਤ ਜਿਤਨੀ ਕਹਿਣਾ 9500 ਰੁਪਇਆ, ਅਤੇ ਹਰ ਮਹੀਨਾ ਮੈਂ ਆਪਣੀ ਸੈਲਰੀ 'ਚ ਦੇ ਸਕਣਾ ਹੈਗਾ ਆਸਾਨੀ ਨਾਲ, ਅਤੇ ਸ਼ਹਿਰ 'ਚ ਬੰਦਾ ਜਿਹੜਾ ਨਾ ਬਾਅਦ ਘਰ ਵਗੈਰਾ ਬਣਾ ਲਵੇ, ਜੋ ਕਿਸ਼ਤਾਂ ਵਗੈਰਾ ਸਾਰੀਆਂ ਅਦਾ ਕਰਦੇ ਹੋਏ ਬਣਾ ਦਈਏ। ਇੱਕ ਵਾਰੀ ਆਪਣੇ ਫੋਨ ਦਾ ਕੋਈ ਹੱਲ ਕਰੀਏ, ਬਾਅਦ ਸੋਚਾਂਗੇ, ਇਹ 1.5 ਸਾਲ ਬਾਅਦ ਦੀ ਗੱਲਾਂ ਨਹੀਂ, ਉਦੋਂ ਤੋਂ ਸੁਸਾਇਟੀ ਇੱਥੇ ਸ਼ੁਰੂ ਹੋਈ ਤਾਂ ਫਿਰ ਇਨਸ਼ਾਅੱਲਾ ਤਾਲਾ ਉਹਦੇ ਜੀਵਨ ਨੂੰ ਲਵਾਂਗੇ। ਅੱਗੇ ਸਿੱਧਾ ਹੀ ਚਲੇ ਜਾਈਏ, ਲੇਕਿਨ ਅਗਰ ਸਾਡੇ ਦੇਖਣ ਵਾਲੇ ਵੀਵਰ ਸਾਨੂੰ ਸਪੋਰਟ ਕਰਦੇ ਰਹਿਣ, ਕੀ ਪਤਾ ਅਸੀਂ 6 ਮਹੀਨਿਆਂ ਬਾਅਦ ਕੋਈ ਸ਼ਹਿਰ 'ਚ ਪਲਾਟ ਵਗੈਰਾ ਕਿਸ਼ਤਾਂ ਕੁਸ਼ਤਾਂ 'ਤੇ ਲੈ ਲਈਏ, ਕਿਉਂਕਿ ਸਪੋਰਟਸ ਇਤਨੀ ਕੀ ਕਰਨੀ ਹੁੰਦੀ, ਸਬਸਕ੍ਰਾਈਬ ਕਰਨਾ ਹੁੰਦਾ ਅਤੇ ਡੇਲੀ ਵੀਡੀਓ ਵਾਚ ਕਰਨੀ ਹੁੰਦੀ। ਜਿਹੜੇ ਵੀਵਰ ਨਵੇਂ ਆਉਂਦੇ ਲਾਜ਼ਮੀ ਸੀ ਸਬਸਕ੍ਰਾਈਬ ਕੀਤਾ ਕਰੋ, ਅਤੇ ਸਾਨੂੰ ਜਲਦ ਤੋਂ ਜਲਦ ਜਾਣਾ ਯੂਟਿਊਬ 'ਤੇ ਵਾਸਤੇ ਕਾਮਯਾਬ ਕਰੋ। ਇੱਥੇ ਅੰਦਰੂਨੇ ਸ਼ਹਿਰ ਸਾਹੀਵਾਲ ਅਸੀਂ ਆ ਗਏ ਆਗੇ, ਅਤੇ ਇੱਥੇ ਚੱਲਦੇ ਹਾਂ ਅੱਗੇ, ਨਾਲ ਹੀ ਦੁਕਾਨ ਹੈਗੀ ਅੱਡੇ ਦੇ, ਇਹਨਾਂ ਅੰਕਲ ਉਹਨਾਂ ਕੋਲ ਪਹਿਲੇ ਫੋਨ ਆਪਣਾ ਠੀਕ ਕਰਵਾਉਂਦੇ ਹਾਂ, ਉਹਨਾਂ ਕੋਲ ਚਲੀਏ, ਕਿਹਾ ਉਹਨਾਂ ਦਮ ਪੜਤਾ ਹੈਗਾ, ਬਾਰ ਬਾਰ ਫੋਨ ਖਰਾਬ ਹੋ ਜਾਂਦਾ, ਜਾਂ ਕਿ ਉਹਨਾਂ ਨਾਲ ਗਲਤ ਕਰੀਏ। ਇੱਥੇ ਆ ਕੇ ਔਰੇਂਜ ਮੋਬਾਈਲ ਚੱਲ ਕੇ ਅੰਕਲ ਉਹਨਾਂ ਨਾਲ ਗੱਲ ਕਰੀਏ, ਉਹਨਾਂ ਪੁੱਛੀਏ ਸਹੀ ਕੀ ਵਜ੍ਹਾ ਯਾਰ ਬਾਰ ਬਾਰ ਫੋਨ ਖਰਾਬ ਹੋ ਜਾਂਦਾ। ਅਤੇ ਅੰਕਲ ਉਹਨਾਂ ਨਾਲ ਗੱਲਬਾਤ ਇਹਨਾਂ ਨੇ ਕੀਤੀ, ਕਹਿ ਰਹੇ ਨੇ ਫੋਨ ਤਾਂ ਠੀਕ ਹੋ ਸਕਦਾ, ਲੇਕਿਨ ਮੈਨੂੰ ਲੱਗਦਾ ਫੋਨ ਨਾਲ ਤੁਹਾਡੀ ਦੋਸਤੀ ਹੋ ਗਈ ਹੈ, ਹਫ਼ਤੇ 'ਚ 1-2 ਵਾਰੀ ਤੁਹਾਡੇ ਕੋਲ ਚੱਕਰ ਲਾਉਂਦਾ ਹੀ ਰਹਿੰਦਾ, ਅਤੇ ਹੁਣ ਜੁਮੇਰਾਤ ਨੂੰ ਦੇ ਜਾਵਾਂ ਨਾ, ਜੁਮੇਰਾਤ ਨੂੰ ਦੇ ਜਾਵਾਂਗਾ, ਅਤੇ ਫਿਰ ਲਾਹੌਰ ਹੀ ਠੀਕ ਹੀ ਹੋਣਾ ਹੈਗਾ। ਖਰਚਾ ਅੰਦਾਜ਼ਨ ਕਿਤਨਾ ਕੁ ਆਪਣਾ ਹੋ ਜਾਏਗਾ? 15-20 ਹਜ਼ਾਰ ਰੁਪਏ ਤੱਕ। ਫਿਰ ਇਹ ਹੈ ਕਿ ਵਾਟਰ ਪੈਕ ਵਗੈਰਾ ਹੋ ਜਾਵੇਗਾ ਜਿਵੇਂ ਨਵਾਂ ਫੋਨ ਹੁੰਦਾ, ਸਪੀਕਰ ਵਗੈਰਾ ਠੀਕ ਹੋ ਜਾਣਗੇ, ਹਾਂ ਜਿਹੜਾ ਉਹ ਕੰਮ ਨਹੀਂ ਕਰਦਾ ਇੱਕ ਸਾਈਡ ਤੋਂ ਉਹ ਵੀ ਠੀਕ ਹੋ ਜਾਵੇਗਾ। ਚਲੋ ਇਹਨੂੰ ਹੁਣ ਮੈਂ ਬੰਦ ਕਰਕੇ ਰੱਖ ਦੇਵਾਂਗਾ, ਤਾਂ ਮਤਲਬ ਹੈ ਕਿ 3-4 ਦਿਨਾਂ ਤੱਕ ਫਿਰ ਤੁਹਾਨੂੰ ਦੇ ਜਾਵਾਂ ਜਿਵੇਂ ਰਾਤ ਵਾਲੇ ਦਿਨ ਜੁਮੇ ਨੂੰ ਫਿਰ ਲੈਣਾ। ਚਲੋ ਠੀਕ ਹੋ ਗਿਆ, ਮਿਹਰਬਾਨੀ। ਅਤੇ ਫੋਨ ਜੀ ਅਰਜੈਂਟ ਵੀ ਠੀਕ ਹੋ ਸਕਦਾ ਸੀ, ਲੇਕਿਨ ਖਰਚਾ ਅੱਧੋ ਅੱਧ ਜ਼ਿਆਦਾ ਆਉਣਾ ਸੀ, ਕਿਉਂਕਿ ਅੰਕਲ ਹੋਰੀ ਕਹਿ ਰਹੇ ਸੀ ਫਿਰ ਲਾਹੌਰ ਜਾਵਣ ਦਾ ਖਰਚਾ ਵੀ ਮੈਨੂੰ ਅਸਲ ਤੈਨੂੰ ਦੇਣਾ ਪੈਣਾ ਹੈਗਾ। ਉਸ ਤਰ੍ਹਾਂ ਤਾਂ ਹਰ ਜੁਮੇ ਨੂੰ ਜਾਂਦੇ ਹੀ ਨੇਗੇ, ਲਾਹੌਰ ਫੋਨ ਵਗੈਰਾ ਜਿਹੜੇ ਇਕੱਠੇ ਕਰਦੇ ਠੀਕ ਕਰਵਾਵਣ, ਅਤੇ ਉਸ ਤਰ੍ਹਾਂ ਫਿਰ ਸਾਰਿਆਂ ਨਾਲ ਜਿਹੜੇ ਕਸਟਮਰ ਆਉਂਦੇ ਨੇ ਉਹਨਾਂ ਨੇ ਖਰਚਾ ਜਿਹੜਾ ਕਰਦੇ ਨੇਗੇ ਉਹ ਡਿਵਾਈਡ ਕਰਕੇ ਫੋਨ ਠੀਕ ਕਰਵਾਉਣ 'ਚ ਹੀ ਲੈ ਲੈਂਦੇ ਨੇ ਖਰਚਾ।
ਤੇ ਮਾੜਾ ਮੋਟਾ ਕੋਈ ਆਪਣੀ ਬਚਤ ਚੋਂ ਕੱਢ ਲੈਂਦੇ ਨੇ, ਜਿਵੇਂ ਕਿ 100-200 ਰੁਪਇਆ ਸਾਰਿਆਂ ਫੁੱਲਾਂ ਤੋਂ। ਤੇ ਇਸ ਤਰ੍ਹਾਂ ਹੁਣ ਉਹਨਾਂ ਨੇ ਮੇਰੇ ਕੋਈ ਖਰਚਾ ਲੈਣਾ ਸੀ ਤੇ ਮੇਰੇ ਲਈ ਸਪੈਸ਼ਲੀ ਜਾਣਾ ਸੀ। ਮੈਂ ਕਿਹਾ ਚਲੋ ਕੋਈ ਨਾ 2-3 ਦਿਨ ਰੁਕ ਜਾਈਏ ਤੇ ਜੁਮੇ ਰਾਤ ਨੂੰ ਆ ਕੇ ਇਹਨਾਂ ਨੂੰ ਫੋਨ ਦੇ ਜਾਵਾਂਗੇ, ਜੁਮੇ ਨੂੰ ਠੀਕ ਕਰਵਾ ਕੇ ਹਫ਼ਤੇ ਵਾਲੇ ਦਿਨ ਆਪਣੇ ਕੋਲ ਆ ਜਾਏਗਾ ਫੋਨ। ਤੇ ਫਿਰ ਕਹਿੰਦੇ ਭੈਣੇ ਵਾਟਰ ਪਰੂਫ ਵੀ ਹੋ ਜਾਵੇਗਾ, ਵਾਟਰ ਪੈਕ ਕਿਤੇ ਨੂੰ ਉਧਰੋਂ ਕਰਵਾ ਕੇ ਲਿਆ ਦੇਵਾਂਗਾ 15-16 ਹਜ਼ਾਰ ਰੁਪਏ ਦੇ ਅੰਦਰ ਅੰਦਰ ਹੀ। ਤੇ ਦੇਖਾਂਗੇ ਨਾ ਇਨਸ਼ਾਅੱਲਾ, ਉੱਥੇ ਮੇਰੇ ਨਾਲ ਗੱਲ ਕਰ ਲੈਣਗੇ ਜਦੋਂ ਲੈ ਕੇ ਜਾਵਣਗੇ ਫੋਨ। ਹੁਣ ਉਤਨੇ ਦਿਨ ਆਪਾਂ ਐਸੇ ਫੋਨ ਤੇ ਵਲੌਗ ਬਣਾਉਣਾ ਤੇ ਮੈਨੇਜ ਕਰਨਾ ਪਏਗਾ ਤੁਹਾਨੂੰ ਰਿਜ਼ਲਟ ਕੁਛ ਦਿਨ, ਕਿਉਂਕਿ ਨਾ ਫੋਨਾਂ ਦਾ ਰਿਜ਼ਲਟ ਇਤਨਾ ਅੱਛਾ ਨਹੀਂ ਹੈ, ਕੁਆਲਿਟੀ ਇਤਨੀ ਅੱਛੀ ਨਹੀਂ, ਕਲੀਅਰਲੀ ਚੀਜ਼ਾਂ ਜਿਹੜੀਆਂ ਨਾ ਨਜ਼ਰ ਨਹੀਂ ਆ ਪਾਉਂਦੀਆਂ ਜਿਸ ਤਰ੍ਹਾਂ ਉਸ ਮੋਬਾਈਲ ਦਾ। ਫਿਰ ਤੁਹਾਨੂੰ ਪਤਾ ਰਿਜ਼ਲਟ ਹੀ ਹੁੰਦਾ VIP, ਉਸ ਨੂੰ ਅੱਛਾ ਰਿਜ਼ਲਟ ਵੈਸੇ। ਔਰ ਨਾ ਸਭ ਤੋਂ ਬੈਸਟ ਹੈ ਹੀ ਆਈਫੋਨ ਦਾ ਰਿਜ਼ਲਟ, ਦੇਖਿਆ ਜਾਵੇ ਇਸ ਟਾਈਮ ਜੇ ਫੋਨ ਨਹੀਂ ਕਲੀਅਰਲੀ ਕਲੀਅਰਟੀ ਜਿਹੜੀ ਚੀਜ਼ਾਂ ਦੀ ਹੁੰਦੀ ਨਾ ਉਹ ਆਈਫੋਨ ਦੀ ਠੀਕ ਨਜ਼ਰ ਆਉਂਦੀ ਹੈ ਜੀ। ਇਹ ਦੂਸਰੇ ਫੋਨ ਨੇ ਇਹਨਾਂ ਦਾ ਕਲੀਅਰ ਚੀਜ਼ਾਂ ਠੀਕ ਤਰ੍ਹਾਂ ਨਜ਼ਰ ਨਹੀਂ ਆਉਂਦੀਆਂ ਨੇ, ਦੇਖ ਲਓ ਖੋਤੀ ਕਿਵੇਂ ਦਰਖਤਾਂ ਦੇ ਪੱਤੇ ਵਗੈਰਾ ਨਜ਼ਰ ਆ ਰਹੇ ਹੁੰਦੇ, ਜੇ ਕਲੀਅਰ ਨਜ਼ਰ ਆਉਂਦੇ ਇੱਕ ਇੱਕ ਪੱਤਾ। ਬਾਕੀ ਠੀਕ ਹੈ, ਜੋ ਵੀ ਹੈ ਇਨਸ਼ਾਅੱਲਾ ਤਾਲਾ ਹਨ ਕਰੀਬ ਆਪਣਾ ਫੋਨ ਠੀਕ ਹੋ ਜਾਵੇਗਾ, ਫਿਰ ਇਹ ਵੀ ਟੈਨਸ਼ਨ ਖਤਮ ਹੋ ਜਾਏ। ਅਤੇ ਆਪਣਾ ਜਿਹੜਾ ਫਿਰ ਕਾਰੋਬਾਰ ਤੋਂ ਧਿਆਨ ਦਿੰਦੇ ਹਾਂ, ਉਦੋਂ ਜਾਣ 'ਤੇ ਵੀ ਜਾ ਕੇ ਹੁਣ ਦਵਾਈ ਲੈ ਆਉਣੀ ਹੈ, ਸੁਬਹਾ ਲਾ ਦਿਓ ਦਵਾਈ ਲੈਣ ਨਹੀਂ ਜਾ ਰਹੇ ਸੀਗੇ, ਕਹਿੰਦੇ ਅਸਲ ਪਹਿਲਾਂ ਜਾ ਕੇ ਆਪਣੇ ਫੋਨ ਦਾ ਕੋਈ ਹੱਲ ਕਰ, ਉਸ ਤੋਂ ਬਾਅਦ ਲੈ ਲੈਣਾ ਦਵਾਈ। ਉਹਨੇ ਜਾ ਕੇ ਦਵਾਈ ਲਿਆ ਦੇਵਾਂਗੇ, ਹੁਣ ਜਾਂਦਾ ਨਾ ਜਲਦੀ ਜਲਦੀ, ਉਹ ਠੰਡਾ ਟਾਈਮ ਹੋ ਜਾਵੇਗਾ, ਕਹਿੰਦੇ ਦੁਪਹਿਰ ਟਾਈਮ ਧੁੱਪ ਹੈਗੀ ਗਰਮੀ ਮੇਰੇ ਕੋਲ ਨਹੀਂ ਜਾਇਆ ਜਾਂਦਾ, ਹੁਣ ਠੰਡੇ ਟਾਈਮ ਉਹਨਾਂ ਲੈ ਜਾਂਦੇ ਜਾ ਕੇ ਦਵਾਈ ਲੈ ਦੇਵਾਂਗੇ। ਮੈਨੂੰ ਜ਼ਿੰਦਗੀ ਦਾ ਇੱਕ ਸਬਕ ਮਿਲ ਗਿਆ ਅੰਮੀ ਜਾਨ ਨਾਲ, ਮੈਂ ਅੱਗੇ ਗੱਲ ਕਰ ਰਿਹਾ ਸੀ, ਮੈਂ ਆਪਣੇ ਆਈਫੋਨ ਲਈ ਹੁਣ ਪੈਸੇ ਜਮ੍ਹਾਂ ਕਰਨੇ ਸ਼ੁਰੂ ਕਰਨੇ ਨੇਗੇ, ਅਤੇ ਰਸਤੇ 'ਚ ਨਾ ਇੱਥੇ ਮੈਨੂੰ ਗੱਲਿਆਂ ਵਾਲੀ ਦੁਕਾਨ ਹੀ ਨਜ਼ਰ ਆ ਗਈ। ਅੰਕਲ ਰੇਹੜੀ ਲਾਈ ਆਇਆ ਜੇ, ਇਹਨਾਂ ਨੇ ਨਾ ਗੱਲੇ ਰੱਖੇ ਹੋਣੇ, ਇਹ ਗੱਲਾਂ ਭਰਨਾ ਆਪਾਂ ਪੈਸਿਆਂ ਨਾਲ, ਅਤੇ ਆਈਫੋਨ ਲੈਣਾ ਉਦੋਂ ਜੀ। ਅੰਕਲ ਨੋਰਾ ਨਾਲ ਨਾ ਜੱਗ ਦੀ ਵੀ ਫਾਈਨਲ ਕਰ ਲਈ, 200 ਰੁਪਏ ਜੱਗ ਵੀ ਲੈ ਲਿਆ ਹੈਗਾ, ਜੱਗ ਬਹੁਤ ਪਿਆਰਾ ਮਿੱਟੀ ਦਾ ਬਣਿਆ, ਮਿੱਟੀ ਦੇ ਬਰਤਨ ਫਿਰ ਕਿਆ ਹੀ ਬਾਤ ਹੈ। ਅੰਮੀ ਜਾਨ ਵੈਸੇ ਘਰ ਯੂਜ਼ ਵੀ ਆਪਾਂ ਕਰਾਂਗੇ ਨਾ, ਪਾਣੀ ਵਗੈਰਾ ਪਾ ਕੇ ਪੀਤਾ ਕਰਾਂਗੇ, ਬੜਾ ਠੰਡਾ ਠੰਡਾ ਪਾਣੀ ਰਹਿੰਦਾ। ਹਾਂ ਇਨਸ਼ਾਅੱਲਾ ਇਨਸ਼ਾਅੱਲਾ, ਹਾਂ ਉਹ ਫਿਰ ਲੈ ਜਾਵਾਂਗੇ ਇਤਨੀਆਂ ਚੀਜ਼ਾਂ। ਫਿਰ ਕਦੀ ਚੱਕਰ ਲੱਗਿਆ ਨਾ ਸ਼ਾਇਦ ਤੁਹਾਡੇ ਕੋਲ ਲੈ ਜਾਊਗਾ, ਉਹ ਬੜੀਆਂ ਔਖੀਆਂ ਜਾਣੀਆਂ ਨੇ ਚੀਜ਼ਾਂ। 150 ਰੁਪਏ ਦਾ ਯਾਰ, ਉਹ ਤਾਂ ਸਾਡੇ ਸ਼ਹਿਰ 100 ਰੁਪਏ ਦਾ ਮਿਲਦਾ, ਮੈਂ ਅੱਗੇ ਲਿਆ ਸੀਗਾ। ਚਲੋ ਦੇਖ ਲਓ ਅੰਮੀ ਜਾਨ, ਤੇ ਇਹ ਜੀ ਆਪਣਾ ਗੱਲਾਂ ਹੋ ਗਿਆ, ਇਹਦੇ 'ਚ ਇਨਸ਼ਾਅੱਲਾ ਤਾਲਾ ਹੁਣ ਪੈਸੇ ਆਹਿਸਤਾ ਆਹਿਸਤਾ ਜਮ੍ਹਾਂ ਕਰਾਂਗੇ। ਇਹ ਵੀ ਅੰਮੀ ਜਾਨ ਕੌਲੀਆਂ ਹੀ ਲੈ ਲਈਏ, ਕਿੰਨੇ ਦਾ ਕੌਲਾ? 60 ਰੁਪਏ ਦਾ, 50 ਰੁਪਏ ਦਾ ਲੱਗ ਜਾਏਗਾ ਉਹ, ਜੇ ਲੈ ਲਓ 6 ਇੱਕ, ਇਹ 6 ਮਿਲਣਗੇ ਆਪਾਂ ਨੂੰ 300 ਰੁਪਏ ਦੇ। ਹਾਂ ਚੰਗੀਆਂ ਹੁੰਦੀਆਂ ਨੇ ਮਿੱਟੀ ਦੇ ਜੇ ਬਰਤਨ ਨੇ ਨਾ, ਇਹਨਾਂ ਕੋਲ ਗਿਲਾਸ ਵੀ ਪਏ ਨੇ ਗੇ, ਗਿਲਾਸ ਮਿੱਟੀ ਦੇ ਨੇ। ਆਹ ਦੇਖਿਆ ਜੇ ਮਜਾਨ, ਮਿੱਟੀ ਦੇ ਗਿਲਾਸ ਬਣੇ ਕਿੰਨੇ ਪਿਆਰੇ। ਹੈਲੋ ਆਪੀ ਜੀ, ਗਲਾਸਾਂ ਦੇ 2 ਡਿਜ਼ਾਈਨ ਨੇ, ਅੱਛਾ ਇੱਕ ਇਹ ਡਿਜ਼ਾਈਨ ਹੈਗਾ ਤੇ ਇੱਕ ਉਹ ਵਾਲਾ, ਉਹ 160 ਦੀ ਜੋੜੀ ਹੈ, 140 ਰੁਪਏ ਦੀ ਜੋੜੀ, 550 ਰੁਪਏ ਦੀਆਂ ਤਿੰਨ ਚੀਜ਼, 550 ਰੁਪਏ 'ਚ 1-2-3 ਚੀਜ਼ਾਂ ਜਿਹੜੀਆਂ ਨੇ ਲੈ ਲਈਆਂ ਨੇ, 6 ਪਿਆਲੇ ਨੇ ਗੇ, 2 ਗਲਾਸ ਨੇ ਗੇ ਡਿਜ਼ਾਈਨ ਵਾਲੇ, ਤੇ 550 ਰੁਪਏ
ਹਾਲੇ ਤੱਕ ਇੱਕ ਜੱਗ ਪਿਆ ਅੰਕਲ ਜੀ, ਤੁਸੀਂ ਇਹਦਾ ਫਾਈਨਲ ਦੱਸ ਦਿਓ ਕਿੰਨੇ ਲੈਣੇ? ਬੇਟਾ ਲੈਦੇ ਦੇ ਜਿਹੜੇ ਦੇਣੇ ਹੋ, ਮੈਂ ਕੀ ਕਹਾਂ ਫਿਰ, ਤੇਰਾ ਸ਼ੌਕ ਤੇ ਲੈ ਜਾ। ਸ਼ੌਕ ਤਾਂ ਹੈਗਾ ਮਿੱਟੀ ਦੇ, ਮਾਸ਼ਾਅੱਲਾ ਬਹੁਤ ਪਿਆਰੇ ਪਿਆਰੇ ਬਰਤਨ ਨੇਗੇ, ਦਿਲ ਧਾਰ ਬੰਦੇ ਤਾਂ ਕਰਦੇ ਹੈਗਾ, ਤੇ ਮੈਂ ਤਾਂ ਉਹਨੇ ਲਈ 50 ਲੈਸ ਕਰ ਦਿੱਤਾ ਹੈਗਾ। ਹਾਂ ਤੇ ਅੰਕਲ ਉਹਨਾਂ ਨੇ ਛਾਪਰੇ ਪਾ ਲਿਆ ਸਮਾਨ, ਐਵੇਂ ਹੀ ਫੜਾ ਦੇ ਆਰਾਮ ਨਾਲ, ਥੱਲੋਂ ਟੁੱਟ ਨਹੀਂ ਆਰਾਮ ਨਾਲ। ਓਕੇ ਮਿਹਰਬਾਨੀ ਜੀ, ਮਜਬੂਰੀ ਬਣੀ, ਅੰਮੀ ਜਾਨ ਉਦੋਂ ਕਦੇ ਬਿਮਾਰ ਸੀਗੇ, ਕੋਈ ਟੈਨਸ਼ਨ ਬਣੀ ਸੀ, ਮੈਂ ਉਦੋਂ ਉਹਨਾਂ ਗੱਲਾਂ ਤੋੜਤਾ ਆ ਗਿਆ ਪਿਛਲੇ ਦਿਨਾਂ 'ਚ ਮੈਂ ਲਿਆ ਸੀ ਗੱਲਾਂ, ਲੇਕਿਨ ਅੱਜ ਜਿਹੜਾ ਗੱਲਾਂ ਲੈ ਕੇ ਮਜਾ ਰਿਹਾ ਨਾ, ਇਹਨੇ ਤਾਂ ਲਿਖ ਦੇਣਾ ਕਿ ਆਈਫੋਨ ਲੈਣਾ, ਔਰ ਇਹਦੇ ਕੋਈ ਬਿਮਾਰ ਹੋਏ ਜੋ ਵੀ ਹੋਏ, ਜੋ ਟੈਨਸ਼ਨ ਹੋਵੇ, ਉਹਦੇ ਪੈਸੇ ਨਹੀਂ ਇਹਦੇ 'ਚ ਕੱਢ ਕੇ ਲਾਉਣੇ ਨੇ, ਉਦੋਂ ਹੀ ਦੌੜਨਾ ਜਦੋਂ ਆਪਣੇ ਕੋਲ ਪਤਾ ਹੋਇਆ ਕਿ ਇੰਨੇ ਪੈਸੇ ਜਮ੍ਹਾਂ ਹੋ ਗਏ ਨੇ ਕਿ ਆਪਾਂ ਆਈਫੋਨ ਲੈ ਸਕਦੇ ਹਾਂ। ਇਨ ਸ਼ਾ ਅੱਲਾ ਤਾਲਾ ਫਿਰ ਇਹਨੂੰ ਦੌੜ ਕੇ ਉਸ ਦਿਨ ਆਈਫੋਨ ਲੈਵਾਂਗੇ, ਤਾਂ ਦਾਨੇ ਦੱਸਣਾ ਆਹਿਸਤਾ ਆਹਿਸਤਾ ਮੈਂ ਮਹੀਨੇ 'ਚ ਅਗਰ ਇਹਦੇ 5,000 ਜਮ੍ਹਾਂ ਕੀਤੀ ਰੱਖਾਂ ਨਾ, ਤਾਂ ਚਲੋ ਕੁਛ ਮਹੀਨਿਆਂ ਤੱਕ ਇਨ ਸ਼ਾ ਅੱਲਾ ਤਾਲਾ ਇਹਦੇ ਕਾਫ਼ੀ ਪੈਸੇ ਜਮ੍ਹਾਂ ਹੋ ਜਾਣ, ਅਤੇ ਪੈਸੇ ਮੈਨੂੰ ਉਮੀਦ ਹੈਗੀ ਕਿ ਜਿਵੇਂ ਮੇਰੀ ਸੈਲਰੀ ਆਈ ਕਰੇਗੀ, ਸੈਲਰੀ ਨੂੰ ਕੋਈ 5-10,000 ਜਮ੍ਹਾਂ ਬੰਦਾ ਕਰ ਲੈਂਦਾ ਹੈਗਾ, ਅੰਮੀ ਜਾਨ ਜੇ ਖਰਚਾ ਦੇਵਣ, ਉਹ ਕੋਈ ਥੋੜ੍ਹਾ ਬਹੁਤ ਬੰਦਾ ਐਵੇਂ ਜਮ੍ਹਾਂ ਕੀਤੀ ਰੱਖਦਾ, ਥੋੜ੍ਹੇ ਥੋੜ੍ਹੇ ਜਮ੍ਹਾਂ ਕਰਕੇ ਕਾਫ਼ੀ ਪੈਸੇ ਬਣ ਜਾਣਗੇ, ਅਤੇ ਪਹਿਲੇ ਵਾਲਾ ਫੋਨ ਹੀ ਸੇਲ ਕਰ ਦੇਵਾਂਗੇ ਜਦੋਂ ਠੀਕ ਹੋ ਕੇ ਆ ਗਿਆ ਨਾ, ਅਤੇ ਇਹ ਵੀ ਇਨਸ਼ਾ ਅੱਲਾ ਤਾਲਾ ਕੁਛ ਦਿਨ ਯੂਜ਼ ਕਰਾਂਗੇ, ਅਗਰ ਠੀਕ ਨਾ ਹੈ ਚੱਲਿਆ ਤਾਂ ਇਹਨੂੰ ਅੱਗੇ ਸੇਲ ਕਰ ਦੇਵਾਂਗੇ, ਅਤੇ ਫਿਰ ਸੇਲ ਕਰਕੇ ਜੇ ਪੈਸੇ ਇਕੱਠੇ ਹੋਏ, ਜਿਹੜੇ ਕੋਈ ਗੱਲੇ ਪੈਸੇ ਜਮ੍ਹਾਂ ਕੀਤੇ ਹੋਏ, ਇਹ ਸਾਰੇ ਇਕੱਠੇ ਕਰਕੇ ਇਨਸ਼ਾ ਅੱਲਾ ਤਾਲਾ ਫਿਰ ਨਵਾਂ ਇੱਕ ਫੋਨ ਲੈ ਲਵਾਂ। ਹੁਣ ਚਲੀਏ ਘਰ ਵਾਪਸ, ਹਾਲੇ ਤੱਕ ਰਸਤੇ 'ਚ ਇੱਕ ਹੋਰ ਤੁਹਾਡੇ ਲਈ ਸਰਪ੍ਰਾਈਜ਼ ਹੈ, ਚੀਜ਼ਾਂ ਸਿਰਫ ਅਸੀਂ ਇਹ ਨਹੀਂ ਖਰੀਦੀਆਂ ਜਾਂਦੇ ਹੋਏ, ਇੱਕ ਚੀਜ਼ ਤਾਂ ਨਹੀਂ ਹੋਣੀ ਹੈਗੀ, ਕਾਫ਼ੀ ਹੋਣੀਆਂ ਨੇਗੀਆਂ, ਉਹ ਤੁਹਾਨੂੰ ਸਰਪ੍ਰਾਈਜ਼ ਅੱਗੇ ਚੱਲ ਕੇ ਦਿੰਦੇ ਹਾਂ, ਅਗਰ ਉੱਥੇ ਪਹੁੰਚ ਗਈ। ਹੁਣ ਆਪਣਾ ਜੀ ਨੈਕਸਟ ਸਰਪ੍ਰਾਈਜ਼ ਵੀ ਆ ਗਿਆ, ਲਓ ਜੀ ਆਪਾਂ ਇੱਥੋਂ ਨਾ ਪੌਦੇ ਲੈ ਜਾਣੇ ਨੇਗੇ, ਮੈਂ ਅੱਗੇ ਅੱਗੇ ਹੀ ਲੈ ਜਾਂਦਾ, ਮੈਂ ਇੱਥੇ ਨਰਸਰੀ 'ਚ ਆ ਗਿਆ ਗੇ, ਇੱਥੋਂ ਨਾ ਘਰ ਦੇ ਅੱਗੇ ਲਾਉਣ ਵਾਸਤੇ ਕੋਈ ਪੌਦੇ ਵਗੈਰਾ ਲੈਣੇ ਨੇ, ਜਿਵੇਂ ਕਿ ਤੁਹਾਨੂੰ ਦੱਸ ਰਿਹਾ ਸੀ ਨਾ, ਇੱਥੇ ਮਾਸ਼ਾਅੱਲਾ ਕਾਫ਼ੀ ਪੌਦੇ ਪਏ ਨੇਗੇ ਅਲੱਗ ਅਲੱਗ ਤਰ੍ਹਾਂ ਦੇ, ਅਤੇ ਇਹ ਚੈੱਕ ਕਰੋ ਜੀ, ਮਾਸ਼ਾਅੱਲਾ ਚਮੇਲੀ, ਕਿਆ ਬਾਤ ਹੈ ਜੀ, ਓਰੀਜਨਲ ਚਮੇਲੀ ਖੁਸ਼ਬੂ ਵਾਲੀ, ਅਤੇ ਮੈਂ ਚਮੇਲੀ ਦੇ ਵੀ 3-4 ਕੋਈ ਲੈ ਲਈ, 2 ਲੈ ਲੈਂਦੇ ਹਾਂਗੇ, ਕਿਉਂਕਿ ਆਪਾਂ ਜਿਤਨਾ ਕੁ ਲੈ ਜਾਈਏ ਉਤਨਾ ਹੀ ਇੱਥੋਂ ਖਰੀਦ ਲਈਏ। ਬਕੈਨ ਲੈ ਜਾਣੀ ਮਸਜਿਦ ਦੇ ਅੱਗੇ, ਜਿਹੜਾ ਨਹੀਂ ਨਲਕਾ ਲਗਵਾਇਆ ਸੀ ਉਹਦੇ ਨਾਲ ਲਾਉਣੀ, ਇਹ ਤਾਂ ਲਾਜ਼ਮੀ ਲੈ ਜਾਣੀ ਆ ਪਾਰ ਵਾਲੇ ਦੇ, ਲੇਕਿਨ ਇਹਦੇ ਥੱਲੇ ਗਮਲਾ ਵੱਡਾ ਨਹੀਂ, ਮੈਂ ਜਾਣ ਗਮਲੇ ਵਾਲੀ ਨਹੀਂ ਲੈ ਜਾਣੀ, ਆਪਾਂ ਦੂਸਰੀ ਲੈ ਜਾਈਏ, ਆਪਣੇ ਗਮਲੇ ਵਾਲੀ ਕਿੱਥੇ ਲਿਜਾਈ ਜਾਣੀ, ਕਿਉਂਕਿ ਛਾਪਰ ਪਹਿਲਾਂ ਹੀ ਨਾਲ ਨੇ ਪਿੱਛੇ, ਮੈਂ ਜਾਣ ਸਿਰਫ ਫਿਰ ਇਹ ਇੱਕ ਫੜ ਕੇ ਲੈ ਜਾਣਗੇ, ਦੂਸਰੀ ਗਰੋਹ ਕਰ ਜਾਂਦੀ, ਇਹ ਵੀ ਕਰ ਜਾਂਦੀ, ਰੇਟ ਵੀ ਫਿਰ ਜਲਦੀ ਹੋਵੇਗੀ। ਹਾਂ ਚਲੋ ਦੇਖ ਲੈਂਦੇ ਹਾਂ, ਇੱਥੋਂ ਲੈਂਦੇ ਹਾਂ, ਹੋਰ ਵੀ ਇੱਦਾਂ ਕਾਫ਼ੀ ਫੁੱਲ ਵਗੈਰਾ। ਬਾਈ ਇੱਧਰ ਆਇਆ ਜੇ, ਆਂਦਾ ਦੱਸਿਆ ਜੀ, ਕਹਿਣ ਦੀ ਕੀ ਪ੍ਰਾਈਸ ਆ? 300 ਰੁਪਏ ਗਮਲੇ ਵਾਲੀ, ਅਤੇ ਉਹ ਇੱਧਰ ਜੀ ਮਿਰਚਾਂ ਵਗੈਰਾ ਅੱਗੇ ਪਈਆਂ ਨੇ, 150 ਮਿਰਚਾਂ ਵੀ ਲੱਗੀਆਂ ਹੋਈਆਂ ਨੇ ਮਾਸ਼ਾਅੱਲਾ। ਉਹ ਕਹਿੰਦੇ ਮੈਂ ਦੇਖ ਲਓ ਨਾ, ਜਿੱਡਾ ਕਹੇਗਾ ਤਾਂ ਉਸ ਹਿਸਾਬ ਨਾਲ ਫਿਰ ਕੱਢ ਲੈਂਦੇ ਹਾਂ, ਇਹ ਹੀ ਲੈ, ਚਲੋ ਇਹੀ ਕੱਢ ਦਿਓ। ਚਲੋ ਜੀ ਇੱਕ ਮਿਰਚਾਂ ਦਾ ਪੌਦਾ ਹੋ ਗਿਆ, ਅਤੇ ਇਸ ਸਾਈਡ ਦੇ ਵੱਡੇ ਪੌਦੇ ਪਏ ਨੇ, ਇੱਥੇ ਨਾ ਬਕੈਣਾ ਪਈਆਂ ਨੇ, ਜਿਹਨਾਂ ਥੱਲੇ ਨਾ ਗਮਲੇ ਨਹੀਂ ਨੇ, ਛਾਪਰ ਨਹੀਂ ਗਏ, ਲੇਕਿਨ ਇਹ ਗਰੋਹ ਬਹੁਤ ਪਿਆਰਾ ਇਹਨਾਂ ਨੇ ਕੀਤਾ ਹੋਇਆ, ਮੈਂ ਤਾਂ ਸੋਚ ਰਿਹਾ ਲੈ ਚਲੀਏ, 200 ਰੁਪਏ ਦੀ ਹੈ, ਇਹ ਵਧੇਗੀ ਬੜੀ ਜਲਦੀ। ਅੰਮੀ ਜਾਣ ਗਮਲੇ ਵਾਲੀ ਕਹਿ ਰਹੇ ਸੀ, ਲੇਕਿਨ ਅੰਮੀ ਜਾਣ ਇਹ ਵੀ ਗਮਲੇ ਵਾਲੀ ਤਰ੍ਹਾਂ ਹੀ ਹੈ ਜੀ,
ਚਲੋ ਦੋ ਲੈ ਲੈਣਾ ਇੱਥੋਂ, ਇਹ ਘਰ ਦੇ ਅੱਗੇ ਲਾਵਾਂਗੇ, ਇੱਕ ਮਸਜਿਦ ਲਈ ਲੈ ਲੈਂਦੇ ਹਾਂ। ਇੱਥੇ ਨਰਸਰੀ ਚ ਆ ਗਿਆ, ਕਸਮੇ ਦਿਲ ਕਰ ਰਿਹਾ ਹੈਗਾ ਸਾਰੀਆਂ ਚੀਜ਼ਾਂ ਹੀ ਇੱਥੋਂ ਚੱਕ ਕੇ ਲੈ ਜਾਵਾਂ। ਇੰਨੀਆਂ ਪਿਆਰੀ ਪਿਆਰੀਆਂ ਦੇਖੋ, ਹਰੀਆਂ ਮਿਰਚਾਂ, ਇਹੋ ਜਿਹਾ ਇੱਕ ਪੌਦਾ ਲਿਆ ਹੈਗਾ, ਲੇਕਿਨ ਨਾ ਉਹ ਬੜਾ ਨਾ ਸਮਝ ਲਓ ਕਮਜ਼ੋਰ ਜਿਹਾ ਪੌਦਾ ਹੈਗਾ, ਅੱਲਾ ਖੈਰ ਕਰੇਗਾ, ਘਰ ਜਾਣੇ ਤੋਂ ਆਉਣ ਜੀ ਟਹਿਣੀਆਂ ਟੁੱਟ ਜਾਣੀਆਂ ਨਹੀਂ ਆ। ਤੇ ਇਹ ਚਮੇਲੀ ਤੇ ਜਿਹੜੇ ਨੇ ਇੱਥੋਂ ਅਸੀਂ ਨਹੀਂ ਖਰੀਦਣ ਲੱਗੇ, ਤੋਂ ਕਹਿੰਦੇ ਥੱਲੇ ਨੇ ਗਮਲੇ ਕਾਫੀ ਵੱਡੇ ਨੇ ਗਮਲਿਆਂ, ਡਰ ਤੋਂ ਨਾ ਅਸੀਂ ਚਮੇਲੀ ਉਹਨਾਂ ਨੂੰ ਕਿਹਾ ਦੂਸਰੀ ਛਾਪਾਂ ਵਾਲੇ ਚੱਲ ਲਿਆ ਦਿਓ ਚੈੱਕ। ਇੱਥੇ ਪਹਿਲਾਂ ਹੀ ਇੱਕ ਟਹਿਣੀ ਤੇਦੀ ਟੁੱਟ ਗਈ ਜਦੋਂ ਉਹਨੇ ਬਾਈ ਨੇ ਚੱਕਿਆ ਲੈਣ, ਅੰਮੀ ਜਾਣ ਇਹਨੂੰ ਕੋਈ ਸਪੋਰਟ ਉੱਥੇ ਦੇਣੀ ਪੈਣੀ ਹੈਗੀ। ਮਿਰਚਾਂ ਤਮਾਸ਼ ਲੈਂਦੇ ਤੇ ਕਾਫੀ ਲੱਗੀਆਂ ਹੋਈਆਂ, ਨਾਰੀਆਂ ਭਰੀਆਂ ਨਾ ਫਰੈਸ਼ ਫਰੈਸ਼, ਇਹ ਨਾਲੋਂ ਟੁੱਟ ਗਈਆਂ ਟਹਿਣੀਆਂ, ਘਰ ਜਾ ਕੇ ਇਹਨਾਂ ਚਟਨੀ ਕੁੱਟ ਲਵਾਂਗੇ, ਸਪੋਰਟ ਲਾ ਕੇ ਉੱਥੇ ਲਾਵਾਂਗੇ। ਉਹ ਐਂ ਜੀ ਅੰਮੀ ਜਾਣ ਮੁਰਝਾ ਜਾਣਾ ਪੌਦਾ, ਚਲੋ ਵੇਖਾਂਗੇ। ਇਹ ਛੋਟੇ ਗਮਲੇ ਵਾਲੀ ਚਮੇਲੀ ਪਈ ਹੈਗੀ ਇੱਥੋਂ ਯਾਰ, ਜਿਹਦੇ ਤੇ ਪਿਆਰੇ ਪਿਆਰੇ ਫੁੱਲ ਲੱਗੇ ਹੋਏ, ਨਾ ਵੱਡੀ ਹੋਵੇ ਥੋੜ੍ਹੀ ਜਿਹੀ, ਇਸ ਤਰ੍ਹਾਂ ਦੀ ਇੱਕ ਆਹ ਕੱਢ ਦੇ, ਇਹ ਵਾਲਾ ਹਾਂ। ਫਾਲਸੇ ਵਗੈਰਾ ਦੇ ਪੈ ਨੇ ਬੂਟੇ, ਫਾਲਸੇ ਦਾ ਕਿੰਨੇ ਦਾ ਹੈ? ਹੈਂ, ਫਾਲਸੇ ਦੇ ਪੈ ਨੇ ਜੀ, ਹੋਰ ਕਾਫੀ ਸਫੈਦੇ ਵਗੈਰਾ ਉਹਦੇ ਅੱਗੇ ਕਾਫੀ ਚੀਜ਼ਾਂ ਪਈਆਂ ਨੇ। ਮਾਸ਼ਾਅੱਲਾ ਇਸ ਸਾਈਡ ਤੇ ਨਰਸਰੀ ਬਹੁਤ ਪਿਆਰੀ ਹੈਗੀ, ਤੇ ਇਹ ਚੈੱਕ ਕਰੋ ਜੀ, ਅਮਰੂਦਾਂ ਦਾ ਇੱਥੇ ਪੌਦਾ ਪਿਆ ਹੋਇਆ, ਇਹਨਾਂ ਨੇ ਸੇਲ ਕਰਨ ਵਾਸਤੇ ਰੱਖਿਆ ਹੋਇਆ, ਰੱਖਿਆ ਹੋਇਆ ਨਹੀਂ ਬਾਈ ਸਾਹਿਬ, ਥੱਲੇ ਜ਼ਮੀਨ ਹੈ ਗੱਡੇ ਹੋਇਆ, ਇੱਥੋਂ ਠੱਡ ਕੇ ਦੇ ਦੇਵਣਗੇ ਤੇ ਜਾ ਕੇ ਅੱਗੇ ਫਿਰ ਅਸੀਂ ਗਾਰੇ ਲਾ ਸਕਣੇ ਹਾਂ। ਇਹ ਹੀ 1,000-1,500 ਜਾਂ 2,000 ਰੁਪਏ ਦਾ ਇਤਨੇ ਕਿੱਦਾਂ ਹੋਣਾ, ਅਤੇ ਗਾਰੇ 'ਚ ਅੱਗੇ ਫਰੰਟ ਸਾਈਡ 'ਚ ਲਾਇਆ ਨਾ ਜਿੱਥੇ ਅਨਾਰ ਲੱਗਿਆ ਹੋਇਆ ਸੀ, ਬੜਾ ਗਰੋਅ ਕਰਿਆ। ਅਤੇ ਇਹ ਚੈੱਕ ਕਰੋ ਜੀ, ਇਹ ਪਤਾ ਨਹੀਂ ਕੀ ਚੀਜ਼ ਹੈਗੀ, ਇਹ ਖੱਟੀਆਂ ਹੋਣੀਆਂ ਨੇ ਆ, ਕੌੜੇ ਜਿਹੇ ਨੇ, ਉੱਤੋਂ ਪਤਾ ਚੱਲ ਰਿਹਾ ਵੇਖਣ ਨੂੰ ਕੌੜੇ ਹੋਣਗੇ। ਇਹ ਮਿੱਠੇ ਲੱਗੇ ਹੋਏ ਨੇਗੇ, ਜਿਸ ਤਰ੍ਹਾਂ ਆਪਣੇ ਘਰ ਦੇ ਅੱਗੇ ਨਹੀਂ ਬੂਟਾ ਲੱਗਿਆ, ਉਹਦੇ 3,000 ਹਾਲੇ ਤੱਕ ਮਿੱਠੇ ਲੱਗੇ, ਇਹਦੇ ਮਿੱਠੇ ਲੱਗੇ ਹੋਏ ਨੇਗੇ, ਇੱਦਾਂ ਅੱਗੇ ਵੀ ਮਿੱਠਿਆਂ ਵਗੈਰਾ ਦੇ ਨੇ, ਇਹ ਕੀ ਸੰਤਰਾ ਕਿ ਵੀ ਖੱਟੀਆਂ ਵਗੈਰਾ ਹੀ ਆਉਣੀਆਂ ਨੇਗੀਆਂ। ਚੈੱਕ ਕਰੋ ਜੀ, ਹੋਰ ਵੀ ਕਾਫੀ ਇੱਥੇ ਪਏ ਨੇਗੇ, ਉਧਰੋਂ ਹੀ ਦੇਖ ਰਹੇ ਹਾਂਗੇ, ਦੇਖ ਲੈਣਾ ਜਿਹੜੀ ਇਹ ਚੀਜ਼ ਪਸੰਦ ਆਉਂਦੀ। ਹੁਣ ਅੰਮੀ ਜਾਣ ਤਾਂ ਨਿਰੀਆਂ ਚੀਜ਼ਾਂ ਕਟਾਈ ਜਾ ਰਹੀਆਂ ਨੇਗੀਆਂ ਮੇਰੀ ਤਰ੍ਹਾਂ, ਲੇਕਿਨ ਹੁਣ ਲੈ ਕਿਵੇਂ ਜਾਣੀ ਨੇ ਮੈਂ ਸੋਚ ਰਿਹਾ ਹਾਂਗੇ। ਪਰਚੇਜ਼ ਕਰ ਲੈ, ਦੂਸਰੀ ਮਿਰਚਾਂ ਵੱਲ ਜਾਣਾ, ਪੌਦਾ ਵਾਪਸ ਕਰਤਾ ਬਾਈ ਨੇ ਜਿਹੜਾ, ਦੇ ਤੋਂ ਕਹਿੰਦੇ ਨੇ ਉਹ ਮੁਰਝਾ ਜਾਣਾ ਵਾਕੇ ਜਾਵਣ ਤੱਕ। ਤੇ ਬਾਕੀ ਇਹ ਇੱਕ ਲੈਮਨ ਹੈਗਾ, ਇਹਦੇ ਤੇ ਲੈਮਨ ਲੱਗੇ ਹੋਏ ਨੇਗੇ, ਤੇ ਇਹ ਇੱਕ ਚਮੇਲੀ, ਤੇ ਦੋ ਜਿਹੜੀਆਂ ਬਕੈਣਾ ਲੈ ਲਈਆਂ ਨਹੀਂ ਹੈ ਛਾਂ ਲਈ, ਬਾਕੀ ਠੀਕ ਹੋ ਗਿਆ। ਇਹਨੇ ਹੁਣ ਮੋਟਰਸਾਈਕਲ 'ਤੇ ਕਿਸੇ ਤਰ੍ਹਾਂ ਰੱਖੀ, ਅੰਮੀ ਜਾਣ ਕੋਲ ਪਹਿਲਾਂ ਹੀ ਸਮਾਨ ਹੈ, ਅਤੇ ਬਾਈ ਕਿਸ ਤਰ੍ਹਾਂ ਅਜਸਟ ਕਰਕੇ ਯਾਰ ਰੱਖੋ ਹੁਣ ਚਲੀਏ। ਇਹ ਸਾਨੂੰ ਜਿਹੜੀਆਂ ਨਾ ਮਿਰਚਾਂ ਗਿਫਟ ਮਿਲੀਆਂ ਨੇ ਜਿਹੜੀਆਂ ਟੁੱਟੀਆਂ ਸੀ ਉਹਦੇ 'ਤੇ, ਦੇਸੀ ਮਿਰਚਾਂ। ਪੂਰੀ ਨਰਸਰੀ ਜੀ ਮੋਟਰਸਾਈਕਲ 'ਤੇ ਅਸੀਂ ਲੋਡ ਕਰ ਲਈ ਹੈਗੀ, ਪਿੱਛੇ ਅੰਮੀ ਜਾਣ ਨੂੰ ਚੈੱਕ ਕਰੋ ਅਤੇ ਮੇਰਾ ਹਾਲ ਚੈੱਕ ਕਰੋ, ਅੱਗੇ ਵੀ ਪੌਦੇ ਰੱਖ ਲਏ। ਚਲੋ ਲੈ ਚਲੀ ਹੁਣ ਔਖੇ ਸੌਖੇ ਘਰ, ਖਰੀਦੂ ਲੈ ਹੀ ਨਹੀਂ ਗਏ, ਅੰਮੀ ਜਾਣ ਹੀ ਨਹੀਂ ਰੁਕੀਆਂ, ਮੈਨੂੰ ਰੋਕ ਕੇ ਅਲੱਗ ਲੈ ਗਈਆਂ ਸੀ, ਅਸੀਂ 2-3 ਹੀ ਪੌਦੇ ਲੈ ਲਈ, ਜਦੋਂ ਉੱਥੇ ਗਈਆਂ ਨੇ ਇਹਨਾਂ ਕੋਲ ਨਿਰੇ ਆ ਗਏ, ਇਹਨਾਂ ਨਿੱਕੇ ਹੁਣ ਲੈ ਕੇ ਜਾਣੇ ਨਹੀਂ ਗਏ। ਚਲੋ ਚੱਲੇ ਹਾਂ ਹੁਣ ਘਰ, ਸਕੂਨ ਨਾਲ ਘਰੇ ਚੱਲ ਕੇ ਫਿਰ ਮਿਲਦੇ ਹਾਂ ਵਾਪਸ ਘਰ ਜੀ। ਅਸੀਂ ਆ ਗਏ ਹਾਂ ਕਿ ਜਿੰਨੀ ਮੁਸ਼ਕਿਲ ਨਾਲ ਅਸੀਂ ਪਹੁੰਚੇ ਹਾਂ ਇਹਨਾਂ ਪੌਦਿਆਂ ਨੂੰ ਲੈ ਕੇ ਘਰ, ਸਾਨੂੰ ਪਤਾ ਆ ਸਾਡੇ ਰੱਬ ਨੂੰ ਪਤਾ, ਲੇਕਿਨ ਹੁਣ ਇਹਨਾਂ ਨੇ ਚੱਕ ਕੇ ਅੰਦਰ ਲੈ ਚਲੀ ਘਰ, ਅਤੇ ਘਰ ਚੱਲ ਕੇ ਫਿਰ ਤੁਹਾਨੂੰ ਦਿਖਾਉਣਾ ਹੋ ਗਿਆ ਕੁਛ। ਜਿਹੜੇ ਨੇ ਪੱਤੇ ਆ ਗਰਮੀ ਦੀ ਵਜ੍ਹਾ ਰਸਤੇ ਮੁਰਝਾ ਹੀ ਗਏ ਨੇਗੇ, ਲੇਕਿਨ ਮਾਸ਼ਾਅੱਲਾ ਮਿਰਚਾਂ ਦੇਖੋ ਪਰੇ ਹੋਏ ਨੇਗੇ, ਇਹ ਲੈ ਜਾਣਾ, ਇਹ ਵੀ ਪੌਦਾ ਪਰੇ ਹੋਇਆ ਮਿਰਚਾਂ ਨਾਲ, ਅਤੇ ਇੱਥੋਂ ਇੱਕ ਮਸਜਿਦ ਦੇ ਅੱਗੇ ਲਾ ਆਵਾਂਗੇ।
ਹੁਣ ਜਾਣਾ ਆ ਗਿਆ, ਬਲਕਿ ਮੈਂ ਵਾਲ ਵਗੈਰਾ ਕਟਵਾਉਣੇ ਨੇ ਨਾ, ਅਤੇ ਵਾਲ ਕਟਵਾ ਕੇ ਉਸ ਤੋਂ ਬਾਅਦ ਦੇਖਿਆ ਗਿਆ ਟਾਈਮ ਹੋਇਆ ਨਹੀਂ, ਤਾਂ ਸੁਬਹਾ ਫਸਟ ਟਾਈਮ ਗਿਆ ਕਿ ਠੰਡੇ ਠੰਡੇ ਟਾਈਮ, ਵੈਸੇ ਫਸਟ ਟਾਈਮ ਜਾਂ ਸੈਕਿੰਡ ਟਾਈਮ ਹੀ ਨਾ ਲਾਉਣੇ ਚਾਹੀਦੇ ਨੇ, ਕਹਿੰਦੇ ਨੇ ਪੌਦੇ ਠੀਕ ਰਹਿੰਦੇ ਨੇ ਫਿਰ ਠੀਕ ਗਰੋ ਕਰਦੇ ਨੇ, ਪਾਣੀ ਵਗੈਰਾ ਇਹਨਾਂ ਨੂੰ ਫਸਟ ਟਾਈਮ ਜਾਂ ਸੈਕਿੰਡ ਟਾਈਮ ਬੰਦਾ ਲਾ ਦੇ, ਸਲੈਂਡ ਚੱਕ ਕੇ ਲੈ ਜਾਓ ਛੋਟਾ ਮਿਰਚਾਂ ਵਾਲਾ, ਛੋਟੇ ਲੈ ਜਾਵੀ ਆ, ਤੇ ਇੱਥੇ ਗਾਰੇ ਲਿਆ ਕੇ ਪੌਦੇ ਰੱਖਤੇ ਨੇ, ਅੱਬੂ ਜਾਨ ਨੂੰ ਦਿਖਾਏ ਨੇ ਗੇ, ਸੋ ਰਹੇ ਸੀ ਅੱਬੂ ਜਾਨ ਤਾਂ, ਸੌ ਸੌ ਰੁਪਏ ਦੀਆਂ ਮਿਰਚਾਂ ਉੱਤੇ ਲੱਗੀਆਂ ਹੋਈਆਂ ਸੀ, ਆਪ ਚੈੱਕ ਕਰ ਲਓ, ਹਾਂਜੀ ਸੌ ਸੌ ਇਹ ਨਾਲ ਸਾਨੂੰ ਗਿਫਟ ਮਿਲੀਆਂ ਨੇ, ਦੇਸੀ ਮਿਰਚਾਂ ਅਚਾਰੀ ਮਿਰਚਾਂ ਇਹੋ ਜਿਹੀਆਂ ਆਉਂਦੀਆਂ ਨੇ, ਹਾਂ ਇਹ ਪੌਦਾ ਜਿਹੜਾ ਨਾ ਉਹ ਕਮਜ਼ੋਰ ਜਿਹਾ ਸੀ, ਟੁੱਟ ਜਾਣਾ, ਕਮਜ਼ੋਰ ਤਾਂ ਨਹੀਂ ਵੈਸੇ ਵੱਡਾ ਪੌਦਾ ਸੀ ਅਤੇ ਨਾਜ਼ੁਕ ਜਿਹਾ ਵਜ਼ਨ ਨਾ, ਉਹ ਵਿਚਲੀ ਜਗ੍ਹਾ 'ਤੇ ਉੱਗਿਆ ਹੋਇਆ ਸੀ, ਆਹ ਸਾਈਡਾਂ 'ਤੇ ਪਏ ਹੋਏ ਸੀਗੇ, ਇਹ ਹੁਣ ਪੌਦਾ ਛੋਟਾ ਜਿਹਾ ਲੇਕਿਨ ਮਿਰਚਾਂ ਕਿੰਨੀ ਜ਼ਿਆਦਾ, ਰਸਤੇ 'ਚ ਕੁਛ ਪੱਤੇ ਜਿਹੇ ਮੁਰਝਾ ਗਏ ਨੇ, ਪਾਣੀ ਲਾਵਾਂ ਨਾ ਫਿਰ ਠੀਕ ਹੋਏ, ਸੜ ਕੇ ਨਵੇਂ ਲੱਗਣਗੇ, ਹਾਂ ਇਹਦੇ ਨਾਲ ਤਾਂ ਲੈ ਲੈਂਦੇ, ਤੋਂ ਤਾਂ ਟੁੱਟ ਰਿਹਾ ਸੀਗਾ ਤਾਂ ਉਹਨੇ ਸਾਰਾ ਮੁਰਝਾ ਜਾਣਾ ਸੀ, ਅੱਗੇ ਮੋਟਰਸਾਈਕਲ ਰੱਖਿਆ ਉਸਦੇ ਵੇਖੋ ਸਾਰਾ ਸੜ ਜਿਹਾ ਗਿਆ ਹੈਗਾ, ਅਤੇ ਬਾਕੀ ਆਹ ਦੋ ਆ ਗਈਆਂ ਬਕੈਨਾ, ਇੱਕ ਆਪਣਾ ਲੈਮਨ ਆ ਗਿਆ, ਲੈਮਨ ਅੱਬੂ ਜਾਨ ਚੈੱਕ ਕਰੋ ਲੱਗੇ ਹੋਏ ਨੇ, ਪਿਆਰੇ ਪਿਆਰੇ ਲੈਮਨ ਲੱਗੇ ਹੋਏ, ਥੱਲੇ ਵਾਲੀ ਤੱਕ ਡੋਡੀਆਂ ਲੱਗ ਰਹੀਆਂ ਨੇ, ਆਹ ਦੇਖੋ ਸਫੇਦ ਸਫੇਦ ਨੇ ਇਹਦੇ ਫੁੱਲ ਲੱਗਣਗੇ, ਫਿਰ ਇੱਥੇ ਵੀ ਲੈਮਨ ਲੱਗਣ, ਚੈਨਾ ਨਿੰਬੂ ਇੱਕ ਨੰਬਰ, ਅਤੇ ਬਾਕੀ ਚਮੇਲੀ ਵੀ ਹੈਗੀ ਮਾਸ਼ਾਅੱਲਾ, ਚਮੇਲੀ ਬੋਲ ਕਸ਼ਬੋ ਲੈ ਰਹੇ ਸੀ ਤੁਸੀਂ, ਠੀਕ ਹੈ, ਹਾਂ ਮਾਸ਼ਾਅੱਲਾ ਬਹੁਤ ਪਿਆਰੀ ਚਮੇਲੀ ਵੀ ਹੈਗੀ, ਅਤੇ ਇਹ ਆ ਗਏ ਪੌਦੇ, ਤਾਂ ਮੈਂ ਜਾਣ ਬਰਤਨ ਹੀ ਦਿਖਾਈਏ ਫਿਰ, ਜਾ ਇਮਾਨ ਫਾਤਮਾ ਬਰਤਨ ਚੱਕ ਲਿਆ, ਮਿੱਟੀ ਦੇ ਬਰਤਨ ਹੀ ਅਬੂ ਜਾਣ ਲੈ ਆਇਆ ਘਰ ਲਈ, ਅਤੇ ਇਹ ਜੀ ਅਸੀਂ ਉੱਥੋਂ ਨਾ ਬਰਤਨ ਖਰੀਦੇ ਨੇ, ਅਬੂ ਜਾਣ ਇਹ ਕੀ ਚੀਜ਼ ਲਈ, ਤੁਸੀਂ ਇਹ ਵੀ ਤੁਸੀਂ ਸੋਚ ਰਹੇ ਹੋਗੇ, ਇਹ ਪਤਾ ਕੀ ਮਕਸਦ ਹੁਣ ਮੈਂ ਲਿਆ, ਬੱਚਿਆਂ ਲਈ ਨਹੀਂ, ਇਹਦੇ ਚੋਂ ਪੈਸੇ ਜਮ੍ਹਾਂ ਕਰਕੇ ਆਈਫੋਨ ਲੈਣਾ, ਇਹਨੂੰ ਸਾਈਡ 'ਤੇ ਰੱਖੋ, ਜਾਂ ਨਵਾਂ ਮਾਡਲ ਆਇਆ ਉਹਨੇ ਜਦੋਂ ਤੱਕ ਕਹਿੰਦੇ ਪੈਸੇ ਉਤਨੇ ਕਿ ਜਮ੍ਹਾਂ ਹੋ ਗਏ ਉਦੋਂ ਆਈਫੋਨ, ਕਿਉਂਕਿ ਆਈਫੋਨ ਤਾਂ ਮੈਨੂੰ ਫੋਨ ਕਰੇ ਜਿਹੜਾ ਇਸ ਚੀਜ਼ ਮੰਗਾ, ਕੋਈ ਨੀ ਜਿਤਨੇ ਹੋ ਗਏ, ਆਹ ਦੂਸਰਾ ਵੇਚ ਦੇਵਾਂਗੇ ਨਾ, ਆਹ ਦੇਖੋ ਨਹੀਂ ਉਹਨਾਂ ਨੇ ਕਿਹਾ ਹੈਗਾ ਕਿ ਜਿਹੜਾ ਨਾ ਅਸੀਂ ਲਾਹੌਰ ਲੈ ਜਾਵਾਂਗੇ ਜੁਮੇ ਰਾਤ ਨੂੰ, ਕਹਿੰਦੇ ਸੀਗੇ ਕੌਣ ਖਰਚਾ ਦੇ ਦਿਓ ਤਾਂ ਅਸੀਂ ਅੱਜੋ ਹੀ ਲੈ ਜਾਂਦੇ ਹਾਂ, ਲੇਕਿਨ ਅਸੀਂ ਜੁਮੇ ਰਾਤ ਨੂੰ ਤਾਂ ਜੁਮੇ ਨੂੰ ਜਾਣਾ ਹੁੰਦਾ, ਹਾਂ ਉਹ ਕਹਿੰਦੇ ਨੇ ਕਿ ਤੁਸੀਂ ਜੁਮੇ ਰਾਤ ਨੂੰ ਸਾਨੂੰ ਦੇ ਜਾ, ਜੁਮੇ ਨੂੰ ਅਸੀਂ ਜਾਂਦੇ ਆਗੇ ਦੂਏ ਫੋਨ ਠੀਕ ਕਰਾਉਣ, ਫਿਰ ਅਸੀਂ ਤੁਹਾਨੂੰ ਠੀਕ ਕਰਾ ਕੇ ਲਿਆ ਦਿਆਂਗੇ, 15,000 ਰੁਪਏ ਖਰਚਾ ਹੋਵੇਗਾ, ਵਾਟਰ ਪੈਕ ਹੀ ਹੋ ਜਾਵੇਗਾ, ਕਹਿੰਦੇ ਪਹਿਲੇ ਇਹਦਾ ਪੈਨਲ ਅਸੀਂ ਚੈੱਕ ਕਰਾਂਗੇ, ਜੇ ਅਗਰ ਇਹਦਾ ਪੈਨਲ ਠੀਕ ਹੋ ਗਿਆ ਨਾ ਉਸ ਤਰੀਕੇ ਨਾਲ, ਵੀ ਜਿਹੜਾ ਉਹਨਾਂ ਦਾ ਇਹ ਹੈਗਾ ਇਹ ਖੋਲ ਕੇ ਵਿੱਚੋਂ ਕਹਿ ਰਹੇ ਨੇ ਤੈਅ ਮੈਂ ਇਹਦੀ ਪੈਨਲ ਦੀ ਚੇਂਜ ਹੋਣੀ ਆ, ਹਾਂ ਨਹੀਂ ਇਹਦੀ ਜਿਹੜੀ ਇੱਕ ਸਾਈਡ ਖਰਾਬ ਹੈ ਨਾ ਉਹ ਕਹਿੰਦੇ ਉਹ ਵੀ ਸੈੱਟ ਹੋ ਜਾਵੇਗੀ, ਇਹ ਉਤਲਾ ਜਿਹਾ ਗਿਲਾਸ ਹੈ ਆਹ ਖਰਾਸ਼ਾਂ ਵਾਲਾ ਇਹ ਵੀ ਚੇਂਜ ਹੋ ਜਾਵੇਗਾ, ਇਹਦੇ ਵਿੱਚ ਕੋਈ ਕਹਿ ਰਹੇ ਨੇ ਤੈਅ ਹੁੰਦੀ ਜਿਹਦੀ ਵਜ੍ਹਾ ਤੋਂ ਪੈਨਲ ਕੰਮ ਨਹੀਂ ਕਰ ਰਿਹਾ, ਉਹ ਵੀ ਠੀਕ ਕਰ ਦੇਵਾਂਗੇ, ਵਿੱਚੋਂ ਪਾਣੀ ਵੀ ਸਾਫ਼ ਹੋ ਜਾਵੇ, ਪੈਨਲ ਇਹ ਹੀ ਰਿਪੇਅਰ ਹੋ ਜਾਵੇਗਾ ਸਾਰੀਆਂ ਦੀ ਤੈਅ ਵਾਂ, ਤੇ 15,000 ਰੁਪਏ ਖਰਚਾ ਆਣਾ, ਸਪੀਕਰ ਹੀ ਠੀਕ, ਵਾਟਰ ਪੈਕ ਉਵੇਂ ਹੋ ਜਾਊਗਾ, ਪਾਣੀ ਨਹੀਂ ਪਵੇਗਾ, ਨਵੇਂ ਰੰਗਾ ਹੀ ਕਹਿੰਦਾ, ਮੈਂ ਗਰੰਟੀ ਵੀ ਦੇਵਾਂਗਾ ਤੁਹਾਨੂੰ ਮੈਂ, ਹਾਂ ਫਿਰ ਉਹਨਾਂ ਕੋਲ ਠੀਕ ਕਰਵਾ ਲੈਣਾ, ਚਲੋ ਉਤਲਾ ਦਾਦਾ ਫੋਨ ਜਿਹੜਾ ਹੈ ਤਾਂ ਮੇਰੇ ਨਾਲ ਹੀ ਹੈ ਨਾ, ਇੱਕ ਵਾਰੀ ਉਹ ਕੁਛ ਦਿਨ ਜਿਹੜਾ ਨਾ ਅੰਮੀ ਵਾਲੇ ਚੈਨਲ ਤੇ ਗੱਟਵਾਦ ਦੀ ਵੀਡੀਓ ਆਵੇਗੀ, ਅੱਬੂ ਜਾਣ ਆਪਾਂ ਨਜ਼ਰ ਲੱਗ ਗਈ ਮੈਨੂੰ ਜਿਹੜਾ ਲੱਗ ਰਿਹਾ ਨਾ, ਆਪਾਂ ਥੋੜਾ ਜਿਹਾ ਹੁਣ ਤਰੱਕੀ ਵਾਲੇ ਪਾਸੇ ਜਾਣਾ ਸ਼ੁਰੂ, ਕਿਉਂਕਿ ਗਰੋ ਗਰੋ ਬੜਾ ਕਰ ਰਿਹਾ ਮਾਸ਼ਾਅੱਲਾ,
ਮੇਰੀ ਰਾਤ ਵਾਲੀ ਵੀਡੀਓ ਇਤਨੀ ਨਹੀਂ ਚੱਲੀ ਅੰਮੀ ਜਾਣ ਵਾਲਾ ਚੈਨਲ ਉਹਦੇ ਤੇ ਮਾਸ਼ਾਅੱਲਾ ਕਾਫੀ ਵਿਊ ਉਹਨੂੰ ਆ ਗਏ ਨੇ ਤਕਰੀਬਨ 1800 ਵਿਊ ਅੱਬੂ ਜਾਣ ਆ ਗਏ ਸੀ 15 ਘੰਟੇ ਹਾਂਜੀ ਇਤਨੇ ਮੈਨੂੰ ਡੇਲੀ ਵਿਊ ਨਹੀਂ ਆਉਂਦੇ ਇਤਨੇ ਉੱਧਰ ਆ ਰਹੇ ਨੇਗੇ ਲੇਕਿਨ ਅਸੀਂ ਵੀ ਇਹੀ ਸੋਚ ਕੇ ਸ਼ੁਰੂ ਕੀਤਾ ਹੈਗਾ ਕਿ ਸਾਡਾ ਜਿਹੜਾ ਚੈਨਲ ਹੈ ਨਾ ਇਹਦੇ ਨਾਲ ਬਹੁਤ ਸਾਥ ਹੋ ਚੁੱਕੇ ਨੇਗੇ ਬੜੇ ਵੱਡੇ ਵੱਡੇ ਯੂਟਿਊਬਰਾਂ ਨੇ ਰਿਪੋਰਟਾਂ ਮਾਰੀਆਂ ਹੋਈਆਂ ਨੇ ਇਸ ਚੈਨਲ ਨੂੰ ਹਾਂ ਫਿਰ ਇਤਨਾ ਡੈਮੇਜ ਹੋਇਆ ਕਿੱਥੇ ਨਿਕਲੋ ਕਰਨਾ ਫ੍ਰੀਜ਼ ਹੀ ਹੋਇਆ ਜੀ 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 ਤੇ ਬਾਕੀ ਆ ਤੁਸੀਂ ਦੇਖਿਆ ਹੀ ਹੈਗਾ ਇਹ ਬੂਝਾ ਸਾਲਣ ਨਹੀਂ ਲੈ ਸਾਲਣ ਇਹਦੇ 'ਚ ਪਾ ਖਾਇਆ ਕਰਾਂਗੇ ਕਹਿੰਦੇ ਨੇਗੇ ਮਿੱਟੀ ਦੇ ਬਰਤਨਾਂ 'ਚ ਬੰਦਾ ਖਾਵੇ ਅੱਛਾ ਹੁੰਦਾ ਬਿਮਾਰੀਆਂ ਨਹੀਂ ਆਉਂਦੀਆਂ ਜੀ ਤੇ ਇਹ ਪਾਣੀ ਪੀਵਣ ਲਈ ਤੇ ਇਹਦੇ ਪਾਣੀ ਪਾ ਕੇ ਰੱਖਿਆ ਇਹ ਤਾਂ ਮੈਂ ਕਹਿੰਦਾ ਗਰਮ ਪਾਣੀ ਠੰਡਾ ਕਰ ਦਿੰਦਾ ਕਹਿੰਦੇ ਨੇਗੇ ਬਰਫ਼ ਦੀ ਜ਼ਰੂਰਤ ਨਹੀਂ ਪੈਂਦੀ ਹਾਂ ਗੜੇ ਦੀ ਤਰ੍ਹਾਂ ਗੜਾ ਹੀ ਹੈਗਾ ਤੇ ਮਾਸ਼ਾਅੱਲਾ ਡਿਜ਼ਾਇਨ ਹੀ ਬੜਾ ਪਿਆਰਾ ਸੀਗਾ ਇਹ 200 ਰੁਪਏ ਦਾ ਮਿਲਿਆ ਇਹ 200 ਦਾ ਐ ਮੀਆਂ 150 ਜੋੜੀ 150 ਰੁਪਏ ਦੀ ਇਹ ਜੋੜੀ ਹੈਗੀ ਤੇ ਇਹ 50-50 ਰੁਪਏ ਦਾ 300 ਦੇ 6 ਤੇ ਉਹ ਪਤਾ ਨਹੀਂ ਕਿੰਨੇ ਦਾ ਮਿਲਿਆ ਸੀਗਾ 150 ਰੁਪਏ ਦਾ ਉਹ ਤੇ ਇਨਸ਼ਾਅੱਲਾ ਤਾਲਾ ਬੁਝਾਣ ਮੈਂ ਨੀਅਤ ਕਰ ਲਈ ਨਾ ਹੁਣ ਮੈਂ ਜਮ੍ਹਾਂ ਕਰਨੇ ਵੈਸੇ ਵੀ ਨਾ ਆਪਾਂ ਕੋਈ ਸੇਵਿੰਗ ਨਹੀਂ ਰੱਖੀ ਹੋਈ ਇੱਕ ਮੇਰੀ ਇਹ ਬੜੀ ਵੱਡੀ ਗਲਤੀ ਅਸੀਂ ਨਾ ਕਰ ਲਈ ਕੋਈ ਸੇਵਿੰਗ ਨਹੀਂ ਰੱਖੀ ਹੋਈ ਅਚਾਨਕ ਸਾਨੂੰ ਜ਼ਰੂਰਤ ਕਿਉਂ ਪੈਸੇ ਪੈ ਜਾਏ ਨਾ ਸਾਡੇ ਕੋਈ ਸੇਵਿੰਗ ਨਹੀਂ ਹੈਗੀ ਲੇਕਿਨ ਹੁਣ ਇਨਸ਼ਾਅੱਲਾ ਤਾਲਾ ਨਾ ਗਰ ਲਈ ਵੀ ਥੋੜੇ ਬਹੁਤ ਰੱਖੇ ਕਰੀ ਹਾਂ ਆਪਣੇ ਕੀ ਸੇਵਿੰਗ ਹੁੰਦੀ ਹੈਗੀ ਅੱਬੂ ਜਾਨ ਆਪਾਂ ਆਪਣੇ ਮੇਨ ਜੇ ਪਤਾ ਵਜ੍ਹਾ ਕੀ ਆਪਾਂ ਸੇਵਿੰਗ ਕਿਉਂ ਨਹੀਂ ਕਰ ਪਾਉਂਦੇ ਆਪਾਂ 2 ਨੰਬਰ ਹੀ ਨਹੀਂ ਕਿਸੇ ਨਾਲ ਕਰਦੇ ਜਿਹੜੇ 2 ਨੰਬਰ ਬੰਦੇ ਨੇ ਨਾ ਉਹ ਸੇਵਿੰਗ ਕਰ ਲੈਂਦੇ ਨੇ ਆਪਾਂ 2 ਨੰਬਰ ਹੀ ਨਹੀਂ ਕਰਦੇ ਜੀ ਜੀ ਲੇਕਿਨ ਫਿਰ ਵੀ ਲੋਕ ਆਪਾਂ ਨੂੰ 2 ਨੰਬਰ ਕਹਿੰਦੇ ਨੇ ਦੁਕਾਨ ਦਾ ਸਮਾਨ ਜਿਹੜਾ ਹੁੰਦਾ ਪੈਸੇ ਖਾ ਜਾਂਦੇ ਨੇ ਜੀ ਕਰ ਜਾਂਦੇ ਨੇ ਉਹ ਕਰ ਜਾਂਦੇ ਨੇ ਜੀ ਅਗਰ ਅਸੀਂ ਇਹੋ ਜਿਹੇ ਹੁੰਦੇ ਤੁਸੀਂ ਦੁਕਾਨ ਕੀ ਤਾਂ ਸਮਾਨ ਪਾਉਂਦੇ ਹੀ ਨਾ ਅਸੀਂ ਜਿਵੇਂ ਦੁਕਾਨ ਪਾ ਲੈਣੇ ਅਸੀਂ ਇੰਜ ਫਿਰਦੇ ਹੀ ਨਾ ਲੋਕ ਨੇ ਜੀ ਇਹੋ ਜਿਹੇ ਕਾਫੀ ਨੇ ਗੇ ਪੈਸੇ ਲੈ ਲੈਂਦੇ ਨੇ ਸਮਾਨ ਨੀ ਪਾਉਂਦੇ ਨੇ ਹਮੇਸ਼ਾ ਜਿਹੜਾ ਨਾ ਸੱਚ ਤਾਂ ਹੁਣ ਜ਼ਮਾਨਾ ਕੋਈ ਨਹੀਂ ਹੈਗਾ ਜਿਹੜਾ ਸੱਚਾ ਹੋਵੇਗਾ ਉਹਨੂੰ ਹੀ ਬੰਦੇ ਝੂਠਾ ਕਹਿਣੀ ਹਾਂਜੀ ਜੇ ਝੂਠਾ ਹੋਵੇਗਾ ਉਹਨਾਂ ਦੇ ਨਾਰੇ ਵੱਜਣਗੇ ਜੀ ਜੀ ਅੱਜ ਕੱਲ ਨਾ ਮੁਫਤੀ ਦੇ ਵਿੱਚ ਇੱਕ ਤਾਂ ਸ਼ਰੀਕ ਲੱਭਦੇ ਨੇ ਜਿੰਨੇ ਮਰਜ਼ੀ ਲੈ ਲਓ ਬਣਾ ਲਓ ਮੁਫਤੀ ਦੇ ਥੋੜਾ ਜਿਹਾ ਮਤਲਬ ਤੁਸੀਂ ਨਾ ਉੱਪਰ ਹੋਣ ਦੀ ਕੋਸ਼ਿਸ਼ ਕਰੋਗੇ ਨਾ ਦੁਸ਼ਮਣ ਬਣ ਜਾਣਗੇ ਉਹਨਾਂ ਨੂੰ ਕਿਸੇ ਨੂੰ ਪਤਾ ਚੱਲੇਗਾ ਤੇ ਐਵੇਂ ਹੀ ਸਾਰੇ ਹੀ ਚਲੋ ਛੱਡ ਉਹ ਐਵੇਂ ਪਰੇਸ਼ਾਨ ਹੁੰਦੇ ਰਹਿਣਗੇ ਅੱਬੂ ਜਾਨ ਹੁਣ ਮੈਂ ਡਾਇਰੈਕਟ ਇਹਨਾਂ ਨਹੀਂ ਗੱਡਣ ਲੱਗਿਆ ਹਾਂਗਾ ਇਹਨਾਂ ਨੂੰ ਸੁਬਹ ਗੱਡਾਂਗੇ ਫਸਟ ਟਾਈਮ ਥੋੜੇ ਬਹੁਤ ਨਾ ਇਹਨਾਂ ਦੇ ਉੱਤੇ ਪਾਣੀ ਦੇ ਛਿੱਟੇ ਵਗੈਰਾ ਸੈਕਿੰਡ ਟਾਈਮ ਮਾਰਾਂਗੇ ਆ ਜਿਹੜੇ ਨਾ ਮੁਰਝਾ ਗਏ ਨੇ ਪੱਤੇ ਕੀ ਤਾਂ ਕੁਛ ਥੋੜੇ ਬਹੁਤੇ ਨਾ ਫੋਰਸ ਚ ਆ ਜਾਣ ਸੈੱਟ ਹੋ ਜਾਣ ਫਿਰ ਇਹਨਾਂ ਤੇ ਮਿਰਚਾਂ ਹੋਰ ਵੀ ਲੱਗਦੀਆਂ ਨੇ ਕਰਨਗੀਆਂ ਫੁੱਲ ਲੱਗੇ ਹੋਏ ਨੇ ਇਹਨਾਂ ਤੇ ਇਹਦੇ ਤੇ ਫੁੱਲ ਲੱਗੇ ਹੋਏ ਨੇ ਤੇ ਇਹਦੇ ਤੇ ਦੇਖੋ ਆ ਮਿਰਚ ਲੱਗ ਰਹੀ ਇਹ ਤਾਂ ਵੈਸੇ ਸੁੱਕਿਆ ਖੜਾ ਇਹਦੇ ਤੇ ਦੇਖੋ ਮਿਰਚ ਬਣ ਰਹੀ ਸੀਗੀ ਲੇਕਿਨ ਪਹਿਲੇ ਮਿਰਚਾਂ ਤਾਂ ਆਪਣੇ ਡੇਲੀ ਕੰਮ ਆਉਂਦੀਆਂ ਰਹੇ ਜਿਤਨੀਆਂ ਮਿਰਚਾਂ ਨਹੀਂ ਮਿਰਚਾਂ ਮੈਂ ਜਾਣ ਕੀ ਰੇਟ ਕੱਲ ਦੱਸ ਰਹੇ ਸੀ 150 ਰੁਪਏ ਕਿਲੋ ਨਾ 150 ਰੁਪਏ ਕਿਲੋ ਹੈਗੀਆਂ ਮਿਰਚਾਂ ਤੇ ਜਿਤਨੀਆਂ ਲੱਗੀਆਂ ਹੋਈਆਂ ਨੇ ਚਲੋ ਪਾਈਆ ਪਾਈਆ ਹੀ ਹੋਣ ਤੇ ਉਹ ਹੀ ਬਣੀਆਂ ਨੇ ਤੇ ਇਹਨਾਂ ਨੇ ਹੋਰ ਵੀ ਹਾਲੀ ਤੱਕ ਅਗਲੀਆਂ ਆਪਾਂ ਲਾ ਲਈਆਂ ਤੇ ਹੋਰ ਲੱਗਣਗੀਆਂ ਇਸ ਨੇ ਜ਼ਿਆਦਾ ਗਰੋ ਕਰੇਗਾ ਉਦੋਂ ਹੀ ਪੌਦਾ ਖੁਰਾਕ ਤਾਂ ਸਾਰੀ ਮਿਰਚਾਂ ਖਾ ਰਹੀਆਂ ਨੇਗੀਆਂ ਚਲੋ ਜੀ ਅੱਬੂ ਜਾਨ ਕਹਿ ਰਹੇ ਨੇ ਕਿ ਮੈਂ ਗੱਲੇ 'ਚ ਪੈਸੇ ਜਮ੍ਹਾਂ ਕਰਕੇ ਫੋਨ ਨਹੀਂ ਲੈ ਸਕਦਾ ਐਵੇਂ ਹੀ ਅੱਬੂ ਜਾਨ ਮੈਂ ਤੁਹਾਡੇ ਲਈ ਕਾਲ ਕਰਨੀ ਉਸ ਦਿਨ ਉਸੇ ਫੋਨ ਤੋਂ
ਠੀਕ ਹੈ ਨਾ, ਪਹਿਲੇ ਬਿਸਮਿਲ੍ਲਾ ਪੜ੍ਹੋ ਨਾ ਤੁਸੀਂ, ਇਹਦੇ ਚ ਪਾਓ ਪਹਿਲੇ, ਪਹਿਲੇ ਤੁਸੀਂ ਬਰਕਤ ਪਾਓ। ਚੱਲ ਲਿਆ ਸੁਰਾਖ ਰਿਹਾ, ਵੇਖਿਆ ਜਾਣ ਬਰਕਤਾਂ ਪੈਣੀਆਂ ਅਬੂ ਜਾਣ ਦੇ ਪਹਿਲੇ ਬੰਦੇ ਇਹਦੇ ਵਿੱਚ ਪੈਸੇ ਜਮ੍ਹਾਂ ਕਰਕੇ ਲਵਾਂਗਾ। ਬਰਕਤ ਵਾਲੇ ਪੈਸੇ ਪੈ ਗਏ ਨੇ, ਵਾਕਈ ਪੈ ਗਏ ਨੇ ਬਰਕਤ ਜੀ ਜੀ। ਇਨਸ਼ਾ ਅੱਲਾਹ ਤਾਲਾ ਲੈ ਲਵਾਂਗੇ ਅਨ ਕਰੀਬ, ਬਸ ਇਹਨੇ ਜਿਤਨੇ ਕੋਸ ਕੇ ਅਬੂ ਜਾਣ ਇਹਦੇ ਜਮ੍ਹਾਂ ਕਰੀਏ, ਬਾਕੀ ਫਿਰ ਉਹਨੂੰ ਰਿਪੇਅਰ ਕਰਾ ਕੇ ਜਿਤਨਾ ਖਰਚਾ ਹੋਇਆ ਉਹਦੇ ਜਿਹਾ ਖਰਚਾ ਹੋਣਾ ਹੈਗਾ ਉਹੀ ਇਹਦੇ ਜਮ੍ਹਾਂ ਹੋ ਜਾਵੇ ਨਾ, ਉਹੀ ਬੜਾ। ਉਹ ਆਪਾਂ ਫੋਨ ਸੇਲ ਕਰਕੇ ਉਹ ਤੋਂ ਕੁਛ ਹੋਰ ਜਿਵੇਂ ਸੈਲਰੀ ਵਗੈਰਾ ਹੋਰ ਆਪਣਾ ਕਰਕੇ ਨਿਜ਼ਾਮ ਨਾ ਫੋਨ ਨਵਾਂ ਲੈ ਲਵਾਂ, ਫਿਰ ਨਵਾਂ ਲੈ ਲਵਾਂ। ਅਗਰ ਜੇ ਉਹ ਠੀਕ ਕਰਵਾਇਆ ਬਿਹਤਰ ਚੱਲਣ ਲੱਗ ਗਏ ਜਿਹੜੇ ਇਹਦੇ ਪੈਸੇ ਜਮ੍ਹਾਂ ਕੀਤੇ ਹੋਏ ਉਹਨਾਂ ਦਾ ਜਿਤਨਾ ਜਿਤਨੇ ਪੈਸੇ ਨਿਕਲੇ ਉਹਦਾ ਲੰਗਰ ਫਿਰ ਤਕਸੀਮ ਕਰਾਂਗੇ ਉਹਨਾਂ ਲੰਗਰ। ਜੇਕਰ ਉਹ ਠੀਕ ਚੱਲਣ ਲੱਗ ਗਿਆ ਤਾਂ, ਜੇਕਰ ਨਵਿਆਂ ਦੀ ਤਰ੍ਹਾਂ ਹੋ ਗਿਆ, ਕਿਉਂਕਿ ਨਾ ਉਹ ਕਹਿ ਰਹੇ ਸੀ ਅੰਕਲ ਕੇ ਗਰੰਟੀ ਦੇਵਾਂਗਾ ਮੈਂ ਠੀਕ ਹੋ ਜਾਵਾਂਗਾ, ਹਾਂ ਕਿਉਂਕਿ ਕਿਤਨੇ ਕਹਿੰਦੇ ਪੈਸੇ ਮੈਂ ਜਮ੍ਹਾਂ ਕਰ ਪਾਵਾਂਗਾ। ਅਬੂ ਜਾਨ ਠੀਕ ਕਹਿ ਰਹੇ ਨੇ, ਲੇਕਿਨ ਇਨਸ਼ਾ ਅੱਲਾਹ ਤਾਲਾ ਅਗਰ ਕੀ ਪਤਾ ਪੰਜ ਪੰਜ ਹਜ਼ਾਰ ਵਾਲੇ ਹੋ ਜਾਏਗਾ ਇਨਸ਼ਾ। ਟੈਨਸ਼ਨ ਇਹ ਬਰੀਕ ਗਿਆ ਤੇ ਨਵਾਂ ਮੈਂ ਲੈ ਆਵਾਂਗਾ, ਦਸਾਂ ਦਸਾਂ ਵਾਲੇ ਨੇ ਭਰ ਕੇ ਹੋਰ ਨਵਾਂ ਲੈ ਆਵਾਂਗਾ। ਹਾਂ ਟੈਨਸ਼ਨ ਨਾ ਲਓ, ਮੂੰਹ ਤੇ ਲਿਖ ਕੇ ਰੱਖਾਂਗਾ ਕਿ ਅਸਾਂ ਦਾ ਗੱਲਾਂ ਨੂੰ ਹੱਥ ਨਹੀਂ ਲਾਣਾ ਕਿਸੇ ਨੇ। ਪੈਨੇ ਪੈਂਦੀ ਆ ਲਿਖ ਲੈਂਦੇ 5 ਰੁਪਏ ਦੀ ਸ਼ਹਿਰ ਚ ਲਿਆ ਕੇ ਉਹ ਸਿਆਹੀ ਉਹਦੇ ਨਾਲ ਲਿਖੀ ਰੱਖਦਾ, ਪੜਾਈ ਦਾ ਜਿਹੜਾ ਖਰਚਾ ਨੇ ਇਹ ਆਪ ਦਾ ਆਪੇ ਆਪੇ ਅਫੋਰਡ ਕਰ ਲੈਂਦਾ ਸੀ। ਇਸੇ ਤਰ੍ਹਾਂ ਆਪਣਾ ਇੱਕ ਦੂਸਰੇ ਕੋਲ ਸਿਆਹੀ ਵੀ ਮੰਗ ਕੇ ਲਿਖਦੇ ਹੁੰਦੇ ਸੀ ਲੋਕ, ਜਿਹੜਾ ਵੀ ਦੌਰ ਹੈਗਾ ਹਾਂ ਉਹਨਾਂ ਗਾਚੀਆਂ ਦੀ ਗਾਚੀ ਨਾਲ ਫੱਟੀਆਂ ਪਹੁੰਚੀਆਂ ਮੋੜ ਉਹਦੇ ਨਾਲ ਲਿਖਣਾ ਹੋ ਬਸ ਹਰ ਸ਼ੈ ਜਿਹੜੀ ਫੈਂਸ ਚੱਲ ਗਈ ਚੱਲ ਗਏ ਪਿੰਨ ਚੱਲ ਗਏ ਅਨਮੋਨੀਆਂ ਜੋ ਕੀ ਸੱਦਣ ਉਹ ਚੱਲ ਗਏ ਪੌਂਟਰ ਵਗੈਰਾ ਜਿਹੜਾ ਬਾਲ ਪੈਨ ਵਗੈਰਾ ਉਹ ਸ਼ੈ ਦਾ ਦੌਰ ਹੀ ਨਹੀਂ ਰਿਹਾ ਜੀ ਜੀ। ਤੇ ਬਾਕੀ ਹੁਣ ਨਾ ਅਬੂ ਜਾਨ ਨੇ ਬਰਕਤ ਪਾ ਦਿੱਤੀ ਇਨਸ਼ਾ ਅੱਲਾਹ ਤਾਲਾ, ਅਸੀਂ ਦੇਖਿਆ ਜੇ ਅਬੂ ਜਾਨ ਤੇ ਦੋ ਫੂਕੇ ਮਾਰੋ ਸ਼ੁਫ ਸ਼ੁਫ ਵਾਲੇ ਫਿਰ ਹੋਰ ਨਹੀਂ ਹੋਣੇ, ਸ਼ੁਫ ਸ਼ੁਫ ਵਾਲੇ ਦੋ ਫੂਕੇ ਮਾਰੋ ਉਹਦੇ ਵਾਲੇ ਫੂਕੇ ਮਾਰਨੇ ਨੇ ਤਾਂ ਬਈ ਮਾਰ ਨਹੀਂ ਹੋਣੀ। ਚਲੋ ਠੀਕ ਹੈ ਚੱਡੋ ਇਨਸ਼ਾ ਅੱਲਾਹ ਤਾਲਾ ਇਮਾਨ ਬੰਦਾ ਇਹੋ ਜੀ ਮਾਰ ਚਲੋ ਹੋਰ ਤੋਂ ਮਾਰ ਹੁਣ ਉਹੀ ਹੱਥ ਲਾ ਦਿੰਨੇ ਆ ਅਸੀਂ ਅੱਲਾਹ ਤੇ ਫੂਕਾ ਨਹੀਂ ਮਾਰਨਾ।
ਨਹੀਂ ਨਹੀਂ ਉਹ ਸ਼ੁਭ ਸ਼ੁਭ ਵਾਲੇ ਨੀ ਮਾਰਦੇ ਨੇ ਦੋ ਫੂਕੇ ਦੇਖਿਆ ਹੋਣਾ ਸ਼ੁਭ ਸ਼ੁਭ ਵਾਲੀ ਸਰਕਾਰ ਬੜੀ ਮਸ਼ਹੂਰ ਰਹੀ ਹੈ ਉਹਦਾ ਮੈਂ ਨਾਂ ਰਿਹਾ ਸੀ ਉਸ ਤਰ੍ਹਾਂ ਦਾ ਦੋ ਫੂਕੇ ਜਦੋਂ ਇੱਕ ਝੂਠਾ ਇਨਸਾਨ ਨਹੀਂ ਮੀਆਂ ਆਪਾਂ ਸੀਲਡ ਚ ਨਹੀਂ ਆ ਛੱਡਿਆ ਤੁਸੀਂ ਆਪਣੇ ਕੋਲ ਆਪਣੇ ਹੀ ਬੰਦੇ ਹੁੰਦੇ ਨੇ ਉਹਨਾਂ ਤੋਂ ਲੋਕਾਂ ਨੂੰ ਰੈਗਨ ਕਰਨ ਵਾਸਤੇ ਜ਼ਿਆਦਾ ਲੰਮੀ ਥੋੜੀ ਗੱਲ ਨਹੀਂ ਕਰਨੀ ਕਿਉਂਕਿ ਵਿਲਾਗ ਪਹਿਲੇ ਕਾਫੀ ਲੰਬਾ ਹੋ ਚੁੱਕਿਆ ਹੋਇਆ। ਇਨਸ਼ਾਅੱਲਾ ਤਾਲਾ ਹੁਣ ਅਗਲੇ ਵਿਲਾਗ ਫਿਰ ਮਿਲਾਂਗੇ। ਵੈਸੇ ਤਾਂ ਹੁਣ ਬਾਕੀ ਦੀ ਜਿਹੜੀ ਰੂਟੀਨ ਹੈ ਨਾ ਹੁਣ ਅੰਮੀ ਜਾਨ ਜਿਹਾ ਚੈਨਲ ਹੈ ਸੁਮੈਰਾ ਫੈਮਿਲੀ ਉਹਦੇ ਤੇ ਇਨਸ਼ਾਅੱਲਾ ਤਾਲਾ ਅਸੀਂ ਅਪਲੋਡ ਕਰਾਂਗੇ। ਵਿਲੋਗ ਨਹੀਂ ਅੱਗੇ ਲਾਉਣਾ, ਸੁਮੈਰਾ ਫੈਮਿਲੀ ਸਰਚ ਕਰਿਆ ਜਾਂ ਫੌਰਨ ਹੀ ਚੈਨਲ ਆ ਜਾਣਾ ਕਿਉਂਕਿ ਅੱਜ ਕੱਲ ਇਸ ਚੈਨਲ ਨੂੰ ਜ਼ਿਆਦਾ ਰੈਂਕਿੰਗ ਜਾ ਰਿਹਾ। ਬਾਕੀ ਜੇ ਮੈਂ ਵਾਲ ਵਗੈਰਾ ਕਟਵਾਉਣ ਜਾਣਾ ਹੈਗਾ ਉਸ ਚੈਨਲ ਤੇ ਇਨਸ਼ਾਅੱਲਾ ਤਾਲਾ ਬਾਕੀ ਸਾਰੀ ਰੂਟੀਨ ਸ਼ੇਅਰ ਕਰਾਂਗਾ। ਬੱਕਰੀਆਂ ਜਿਹੜੀਆਂ ਅੱਜ ਸਾਰਾ ਦਿਨ ਗਾਰੀ ਬਣੀ ਆ ਰਹੀ ਨਾ, ਥੱਲੇ ਬੜਾ ਕਚਰਾ ਜਿਹਾ ਬਣਿਆ ਪਿਆ, ਬਾਰਿਸ਼ ਜਦੋਂ ਆਈ ਨਾ ਉਸ ਤੋਂ ਬਾਅਦ ਥੱਲੇ ਨੇ ਘਾਸ ਚੱਕਿਆ ਨੀ, ਉਹ ਸਾਰਾ ਨਾ ਖਿਲ ਰਿਹਾ ਪਿਆ, ਗਾਸ ਵਗੈਰਾ ਕੱਟਣ ਜਾਣਾ। ਬਾਕੀ ਰੂਟੀਨ ਜਿਹੜੀ ਨਾ ਉਸ ਚੈਨਲ ਤੁਹਾਡੇ ਨੂੰ ਸ਼ੇਅਰ ਕਰਾਂਗੇ ਇਨਸ਼ਾਅੱਲਾ। ਠੀਕ ਹੈ ਆਪਣਾ ਅਜਿਹਾ ਵਲੋਗ ਖਤਮ ਕਰੀ, ਤੁਹਾਨੂੰ ਅੱਛਾ ਲੱਗੇ ਲਾਜ਼ਮੀ ਆਪਣੇ ਚੈਨਲ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਲਾਈਕ ਕਰ ਲੈਣਾ, ਦੋਸਤਾਂ ਰਿਸ਼ਤੇਦਾਰਾਂ ਸ਼ੇਅਰ ਵੀ ਕਰ ਲੈਣਾ। ਥੈਂਕਸ ਫੋਰ ਵਾਚਿੰਗ ਐਂਡ ਅੱਲਾ ਹਾਫਿਜ਼। ਜਦੋਂ ਦਾ ਫੋਨ ਖਰਾਬ ਹੋਇਆ ਮੇਰੇ ਲਈ ਤਕਰੀਬਨ 100-200 ਕਾਲ ਆ ਚੁੱਕੀ, ਲੇਕਿਨ ਮੈਂ ਇੱਕ ਬੰਦੇ ਦੀ ਨਹੀਂ ਕਾਲ ਸੁਣ ਪਾਇਆ ਹੈਗਾ ਕਿਉਂਕਿ ਫੋਨ ਤੁਹਾਨੂੰ ਪਤਾ ਮੇਰਾ ਖਰਾਬ ਹੈਗਾ ਯਾਰ। ਮੈਂ ਨਵਾਂ ਵਟਸਐਪ ਨੰਬਰ ਉੱਤੇ ਦਿੱਤਾ, ਇਹਦੇ ਤੁਸੀਂ ਜਾ ਕੇ ਮੇਰਾ ਰਾਬਤਾ ਕਰ ਸਕਦੇ ਹੋ। ਇਹ ਮੈਂ ਬੂਹ ਵਾਲੇ ਫੋਨ ਨਵੀਂ ਨਵੀਂ ਵਟਸਐਪ ਜਿਹੜੀ ਨਾ ਬਣਾਈ ਹੈਗੀ, ਪਹਿਲੇ ਚਲਦੀ ਸੀ ਇਸੇ ਨੰਬਰ 'ਤੇ ਵਟਸਐਪ, ਲੇਕਿਨ ਮੈਂ ਬੰਦ ਕਰਤੀ ਹੋਈ ਆਈ, ਲੇਕਿਨ ਇਸ ਟਾਈਮ ਜਿਹੜਾ ਨਾ ਇਸੇ ਨੰਬਰ 'ਤੇ ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਹੋ।